ਸਤਿ ਸ਼੍ਰੀ ਅਕਾਲ ਲੋਕ ਰਣ ਦੇ ਤੁਹਾਡਾ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋ 200 ਲੋਕ ਰਣ ਦੇ ਖਾਸ ਪ੍ਰੋਗਰਾਮ ਖਬਰਾਂ ਟੌਪ ਦੀਆਂ ਵਿੱਚ ਅੱਜ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਇਪੁਰ ਪਰਮਿੰਦਰ ਜੀ ਤੁਹਾਡਾ ਸਵਾਗਤ ਸਤਿ ਸ੍ਰੀ ਅਕਾਲ ਜੀ ਸਭ ਨੂੰ ਧੰਨਵਾਦ ਗੁਰਜਿੰਦਰ ਜੀ ਪਰਮਿੰਦਰ ਜੀ ਜਦੋਂ ਖਾਇਸ਼ਾਂ ਅਧੂਰੀਆਂ ਰਹਿ ਜਾਣ ਤਾਂ ਕਿਤੇ ਨਾ ਕਿਤੇ ਪਰੰਪਰੀਆਂ ਜ਼ਰੂਰ ਨੇ ਹੁਣ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨਤਾ ਬਣ ਗਏ ਸੀ ਜਦੋਂ ਕੱਲ ਉਹ ਆਪਣਾ ਕਾਫਲਾ ਲੈ ਕੇ ਲਖੀਮਪੁਰ ਪੂਜੇ ਤਾਂ ਉੱਥੇ ਜੋ ਉਹਨਾਂ ਦਾ ਵੀਡੀਓ ਵਾਇਰਲ ਹੋਇਆ ਉਹ ਨਾਲ ਦੇ ਨੂੰ ਕਹਿੰਦੇ ਨੇ ਕਿ ਭਗਵੰਤ ਸਿੰਘ ਦੇ ਮੁੰਡੇ ਨੂੰ ਬਣਾਉਂਦੇ ਸੀ ਐਮ ਫਿਰ ਦੇਖਦੇ ਜੋ ਇਹ ਖੁਆਇਸ਼ਾਂ ਨੇ ਜੋ ਇਹ ਇਛਾਵਾ ਨੇ ਸੀ ਐਮ ਬਣਦੀਆਂ ਤਾਂ ਫਿਰ ਜੋ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਆਪਣਾ ਅਸਤੀਫਾ ਇਸ ਕਾਰਨ ਕਰਕੇ ਦਿੱਤਾ ਹੁਣ ਤਾਂ ਫਿਰ ਜਗ ਜਹਰਿਆ ਕਿ ਅਸਤੀਫਾ ਕਿਉਂ ਦਿੱਤਾ ਬਣਨਾ ਤਾਂ ਤੁਸੀਂ ਸੀ ਐਮ ਸੀ ਹਾਂ ਬਿਲਕੁਲ ਗੁਰਜਿੰਦਰ ਜੀ ਜਿੱਦਾਂ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹ ਕਹ ਲਓ ਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਸੱਚ ਹੈ ਉਹ ਸਾਹਮਣੇ ਆ ਗਿਆ ਪਹਿਲਾਂ ਬਹੁਤ ਸਾਰੇ ਐਪੀਸੋਡਸ ਦੇ ਵਿੱਚ ਲੋਕ ਰਣ ਦੇ ਖਬਰਾਂ ਟੌਪ ਦੀਆਂ ਜਾਂ ਹੋਰ ਜਿਹੜੇ ਪ੍ਰੋਗਰਾਮ ਚੱਲਦੇ ਉਹਨਾਂ ਦੇ ਵਿੱਚ ਜ਼ਿਕਰ ਵੀ ਕੀਤਾ ਗਿਆ ਕਿ ਇਹ ਸਾਰੀ ਸਿਆਸਤ ਦੀ ਲੜਾਈ ਹੈ ਸੱਤਾ ਦੀ ਲੜਾਈ ਹੈ ਮੁੱਦੇ ਤਾਂ ਅੱਜ ਵੀ ਉਹੀ ਨੇ ਮੈਨੂੰ ਦੱਸੋ ਉਹ ਵੀ ਤੁਸੀਂ ਇਹਨਾਂ ਨੇ ਨਿਜਾਮ ਬਦਲਣ ਦੀ ਗੱਲ કરી ਸੀਗੇ ਨਿਜਾਮ ਬਦਲ ਦਾਂਗੇ ਅਸੀਂ ਨਿਜਾਮ ਬਦਲਣ ਦੇ ਲਈ ਸਭ ਤੋਂ ਪਹਿਲਾਂ ਟੀਮ ਦੇ ਜਿਹੜੇ ਕਮਾਂਡਰ ਕਹਿ ਲੋ ਉਦੋਂ ਬਣੇ ਹੋਏ ਸੀ ਕਿ ਉਹ ਸੀਗੇ ਨਵਜੋਤ ਸਿੰਘ ਸਿੱਧੂ ਤਾਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦਿੱਤੀ ਗਈ ਜੇ ਪ੍ਰਧਾਨਗੀ ਲੈ ਕੇ ਕਿੰਨਾ ਹੁੱਬੇ ਇੰਨਾ ਖੁਸ਼ ਹੋਏ ਕਿੱਡਾ ਪ੍ਰੋਗਰਾਮ ਹੋਇਆ ਸਾਰਾ ਕੁਝ ਵਿਸਥਾਰਾ ਡਾਲੂਗਾ ਜੀ ਮੈਂ ਉੱਥੇ ਐ ਕਰੂੰਗਾ ਜੀ ਮੈਂ ਐਦਾਂ ਕਰ ਦੂੰਗਾ ਹਨਾ ਉਹ ਸਟੇਜ ਦੇ ਉੱਤੋਂ ਤੁਸੀਂ ਸਾਰਾ ਦੇਖਿਆ ਹੀ ਲੋਕਾਂ ਨੇ ਸਭ ਨੂੰ ਦੇਖਿਆ ਹੀ ਹੱਥਾਂ ਨੂੰ ਧੁੱਕ ਲਾਇਆ ਬਾਹ ਜਿਹੜਾ ਜਾਂ ਛੱਕੇ ਜੇ ਮਾਰਦੇ ਫਿਰਿਗੇ ਜਿੱਦਾਂ ਸਟੇਜ ਦੇ ਤੇ ਜਾਨੀ ਕਿ ਪਤਾ ਸੀ ਕਿ ਮੇਰੇ ਹੱਥ ਚ ਪਾਵਰ ਆਈ ਹੈ ਹੁਣ ਹਨਾ ਬਿਲਕੁਲ ਤੇ ਉਸ ਪਾਵਰ ਦਾ ਫਿਰ ਉਹਨਾਂ ਨੇ ਕਿਹਾ ਕਿ ਇੰਨਾ ਪਾਵਰ ਦੇ ਵਿੱਚ ਇੰਨਾ ਕੁ ਭੁੱਲ ਗਏ ਕਿ ਕੀ ਕਹਿਣਾ ਉਹ ਕਿਸਾਨਾਂ ਨੂੰ ਵੀ ਕਹਿੰਦੇ ਵੀ ਮੇਰੇ ਕੋਲ ਆ ਉਹ ਮੈਂ ਖੂਹਾਂ ਪਿਆਸੇ ਸੀ ਉਹ ਵੀ ਕਹਿੰਦੇ ਬਿਲਕੁਲ ਫਿਰ ਉਹਨਾਂ ਨੂੰ ਆਏ ਸੀ ਕਿ ਹੁਣ ਮੁੱਦੇ ਹੱਲ ਕਰਕੇ ਛੱਡੂਗਾ ਮੈਂ ਠੀਕ ਹੈ ਰੌਲਾ ਫੇਰ ਪਾਇਆ ਪਿਆਦਵੀ ਦਾ ਗੋਲੀ ਕਾਂਡ ਦਾ ਨਸ਼ਿਆਂ ਦਾ ਸਾਰਾ ਕੁਝ ਇਹੀ ਲੋਕਾਂ ਨੂੰ ਫੇਰ ਉਹਨਾਂ ਦੇ ਲੋਕਾਂ ਦੀ ਅੱਖਾਂ ਦੇ ਵਿੱਚ ਆਪਾਂ ਜਿਹੜਾ ਧੂੜ ਘੱਡ ਲੈਣਾ ਤੇ ਹਾਂ ਲੋਕਾਂ ਦੇ ਵਿੱਚ ਘੱਟਾ ਪਾਤਾ ਉਹ ਉਹ ਚੀਜ਼ ਫੇਰ ਕਰੀ ਹੂੰ ਫੇਰ ਕੀ ਹੋਇਆ ਵੀ ਹੁਣ ਕੈਪਟਨ ਨੂੰ ਲਾਓ ਪ੍ਰਧਾਨਗੀ ਤਾਂ ਮਿਲ ਗਈ ਤੇ ਹੁਣ ਫੇਰ ਆਪ ਸੱਤਾ ਤੇ ਬੈਠੋ ਨਿਸ਼ਾਨਾ ਇਹ ਸੀ ਸੋ ਚਲੋ ਲੋਕਾਂ ਨੂੰ ਫੇਰ ਵੀ ਆਹ ਗਏ ਲੋ ਬੇਵਕੂਫ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲਗਾਤਾਰ ਜਾਰੀ ਰਿਹਾ ਸਾਰਾ ਕੁਝ ਮੁੱਦੇ ਉਹੀ ਐ ਕਰਦਾਂਗੇ ਹੁਣ ਦੇਖਿਓ ਅੰਦਰ ਕਰਦਾਂਗੇ ਫਲਾਣਾ ਮੀਟਿੰਗ ਆ ਦਾ ਤੌਰ ਘਰਾਂ ਚ ਜਾ ਇਕੱਠੇ ਕਰ ਲੌਬੀ ਤਿਆਰ ਕਰ ਲਈ ਸਾਰਾ ਕੁਝ ਹੋਇਆ ਲੇਕਿਨ ਕੀ ਹੋਇਆ ਜਦੋਂ ਕੈਪਟਨ ਨੂੰ ਲਾਂਭੇ ਕਰਤਾ ਗਿਆ ਜਦੋਂ ਇਕ ਲੌਬੀ ਨੇ ਐਦਾਂ ਦੀ ਪੋਲਿਟਿਕਸ ਖੇਡੀ ਕੈਪਟਨ ਨੂੰ ਲਾਂਭੇ ਕਰਤਾ ਚਲੋ ਕਰਨਾ ਵੀ ਸੀਗਾ ਹੋਣਾ ਵੀ ਚਾਹੀਦਾ ਸੀ ਨਵੇਂ ਬੰਦਿਆਂ ਨੂੰ ਮੌਕਾ ਮਿਲਣਾ ਉਹਨੇ ਕਰਿਆ ਵੀ ਕੁਝ ਨਹੀਂ ਸੀ ਲੋਕਾਂ ਲਈ ਤਾਂ ਉਹਨੇ ਵੀ ਨਹੀਂ ਕਰਿਆ ਕੈਪਟਨ ਨੇ ਤੇ ਦੂਜੇ ਬਾਅਦ ਫਿਰ ਫਿਰ ਪਤਾ ਲੱਗੇ ਕਿ ਹਾਂ ਕੈਪਟਨ ਲਾਂਭੇ ਹੋ ਗਿਆ ਬੜਾ ਖੁਸ਼ ਹੋਏ ਸਾਰੇ ਤੇ ਫਿਰ ਸੀਐਮ ਦੀ ਇੱਕ ਨਾਮ ਵੜੀ ਜਿਹੜੀ ਹੈਗੀ ਐ ਤਸਵੀਜ਼ ਹੋਣਾ ਨਾਮ ਅੱਗੇ ਆਉਣਾ ਫਿਰ ਉਹਦੇ ਵਿੱਚ ਆਸ ਸੀ ਨਵਜੋਤ ਸਿੰਘ ਨੂੰ ਸਿੱਧੂ ਨੂੰ ਕਿ ਮੇਰਾ ਨਾਮ ਆਏਗਾ ਉੱਥੇ ਹਾਈ ਕਮਾਂਡ ਨੇ ਪਿੱਛੇ ਕਰਤਾ ਫਿਰ ਰੰਦਾਵੇ ਦਾ ਆ ਗਿਆ ਉਹ ਉਹਨੇ ਵਿਰੋਧ ਕਰਤਾ ਸਿੱਧੂ ਨੇ ਵੀ ਮੈਂ ਨਹੀਂ ਉੱਥੋਂ ਫਿਰ ਕੁਰਸੀ ਦੀ ਲੜਾਈ ਸ਼ੂਤਲਾਈ ਸ਼ੁਰੂ ਹੋ ਗਈ ਹਾਂ ਫਿਰ ਰੰਦਾਵੇ ਦਾ ਫਿਰ ਅੜੀਕਾ ਡਾਇਆ ਤਾਂ ਫਿਰ ਅੜੀਕੇ ਦੇ ਵਿੱਚ ਫਿਰ ਉਹ ਰੰਦਾਵੇ ਨੂੰ ਵੀ ਪਾਸੇ ਕਰਤਾ ਜਾਖੜ ਨੂੰ ਜਾਖੜ ਦੇ ਮੂਰੇ ਵੀ ਡੀਕਾ ਡਾਇਆ ਉਹਨੂੰ ਵੀ ਲਾਂਬੇ ਕਰਤਾ ਤੇ ਫਿਰ ਚੰਨੀ ਦੇ ਨਾਂ ਦੇ ਉੱਤੇ ਕੁਝ ਬੋਲ ਨਹੀਂ ਪਾਇਆ ਹੂੰ ਜਦੋਂ ਚੰਨੀ ਬਣ ਗਿਆ ਉਸ ਤੋਂ ਬਾਅਦ ਫਿਰ ਹੱਥ ਫੜ ਕੇ ਬਾਹਾਂ ਤੇ ਮੋਡੇ ਮੋਡੇ ਦੇ ਬਾਹਰ ਰੱਖ ਕੇ ਜਾਂ ਨਾਲ-ਨਾਲ ਹੋ ਕੇ ਠੀਕ ਹੈ ਉਹ ਉਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਚੰਨੀ ਤਾਂ ਵੈਸੇ ਹੀ ਆ ਗੁਮਾੜਦਾ ਮੇਰੇ ਹੱਥਾਂ ਆ ਗਿਆ ਹਾਂ ਬਿਲਕੁਲ ਫਿਰ ਜਹਾਜ਼ ਵਾਲੀ ਫੋਟੋ ਵਾਇਰਲ ਕੀਤੀ ਹੂੰ ਬਿਜਾਹ ਦੇ ਵਿੱਚ ਜਾ ਰਹੇ ਚੰਨੀ ਦੇ ਨਾਲ ਜਾ ਰਹੇ ਉਹ ਉਹ ਇੱਕ ਸਾਜ਼ਿਸ਼ ਸੀ ਕਿ ਸਾਜ਼ਿਸ਼ ਹੈ ਠੀਕ ਹੈ ਚੰਨੀ ਕਹਿੰਦਾ ਸੀ ਆਮ ਆ ਬੰਦੇ ਦੀ ਸਰਕਾਰ ਬਣ ਗਈ ਹੁਣ ਅਸੀਂ ਆਮ ਆ ਗਰੀਬ ਪਰਿਵਾਰ ਉਹ ਫਿਰ ਉਹੀ ਜਾਨੀ ਕਿ ਫਿਰ ਉਹ ਸਾਰਾ ਕੁਝ ਜਿਹੜਾ ਕਰਨਾ ਚਾਹੁੰਦਾ ਸੀ ਸਿੱਧੂ ਉੱਥੇ ਤੱਕ ਸੀਮਤ ਹੋ ਗਿਆ ਸੀ ਉਸ ਤੋਂ ਬਾਅਦ ਚੰਨੀ ਨੇ ਸਮਝ ਲਿਆ ਕਿ ਇਹ ਤਾਂ ਉਲਟਾ ਪਾਸਾ ਮੈਨੂੰ ਲੈ ਕੇ ਜਾ ਰਿਹਾ ਹੈ ਉਲਟੇ ਪਾਸੇ ਉਸ ਤੋਂ ਬਾਅਦ ਕਰਨੇ ਹੋਏ ਤਨੀ ਨੇ ਆਪਣੀ ਟੀਮ ਤਿਆਰ ਕਰਨੀ ਸ਼ੁਰੂ ਕਰਤੀ ਤੇ ਹਾਈ ਕਮਾਂਡ ਨੇ ਮ ਕਿਹਾ ਹੋਊਗਾ ਵੀ ਹਰ ਵਕਤ ਤੂੰ ਪ੍ਰਧਾਨ ਨੂੰ ਕੁੜੀ ਸੀ ਫਰਦਾ ਸਰਕਾਰ ਦੇ ਵਿੱਚ ਥੋੜੀ ਸਰਕਾਰ ਦੇ ਕੰਮਾਂ 'ਚ ਦਖਲੰਦਾਰੀ ਥੋੜੀ ਆ ਸੰਗਠਨ ਦਾ ਸੰਗਠਨ ਦਾ ਕੰਮ ਦੇਖੇ ਪਾਰਟੀ ਦਾ ਕੰਮ ਦੇਖੇ ਸਰਕਾਰ ਚਲਾਉਣੀ ਤੂੰ ਆ ਕੈਬਨਿਟਾਂ ਨੇ ਚਲਾਉਣੀ ਆ ਐਮਐਲਏ ਨੇ ਚਲਾਉਣੀ ਆ ਤੁਸੀਂ ਉਹਨਾਂ ਨਾਲ ਰਾਬਤਾ ਕਾਇਮ ਕਰੋ ਕੱਲ ਨੂੰ ਉਹੀ ਅੱਜ ਕੈਪਟਨ ਡੇ ਗਿਆ ਕੱਲ ਨੂੰ ਤੈਨੂੰ ਬਿੜੇ ਦੇਣਗੇ ਬਿੜੇ ਦੇਣਗੇ ਉਹ ਸਮਝਦਾ ਕੀ ਗੱਲ ਉੱਥੋਂ ਸਿੱਧਰੋਂ ਲੱਗਿਆ ਵੀ ਤਾਂ ਪਾਸਾ ਹੀ ਉਲਟਾ ਪੈ ਗਿਆ ਜਿਹੜਾ ਮੈਂ ਚਾਹੁੰਦਾ ਸੀ ਉਹ ਤਾਂ ਹੋਈ ਨਹੀਂ ਫਿਰ ਅਸਤੀਫਾ ਦਿੱਤਾ ਗਿਆ ਆ ਫਿਰ ਦੁਬਾਰੇ ਠਕਵੰਜ ਠਕਵੰਜ ਕੀਤੇ ਗਏ ਜਾਨੀ ਕਿ ਕਹਿਣ ਦਾ ਭਾਵ ਹੈ ਕਿ ਕੁਰਸੀ ਦੀ ਲੜਾਈ ਲੋਕਾਂ ਦੇ ਔਰ ਚੰਨੀ ਦੇ ਮੋਢਿਆਂ ਤੇ ਰੱਖ ਕੇ ਜਾਂ ਹੋਰਨਾਂ ਦੇ ਮੋਢਿਆਂ ਤੇ ਰੱਖ ਕੇ ਚਲਾਈ ਜਾ ਰਹੀ ਹੈ ਹਾਲੇ ਵੀ ਪਰ ਅੰਦਰ ਤਾਂ ਉਹੀ ਜਜਵਾ ਹੈ ਨਾ ਕਿ ਸੀਐਮ ਬਣਨਾ ਸੀ ਉਹ ਚੀਜ਼ ਕੱਲ ਕਲੀਅਰ ਹੋਊਗੀ ਬਿਲਕੁਲ ਜੀ ਜਦੋਂ ਉਹਦੇ ਆਪਣੇ ਮੂੰਹੋਂ ਨਿਕਲ ਗਿਆ ਆਪਦੇ ਮੂੰਹ ਹੁਣ ਉਸ ਸੀਐਮ ਦੀ ਵੇਟ ਕਰਨ ਲਈ ਕਹਿੰਦਾ ਕਿ ਵੇਟ ਕਰ ਲਓ ਕਹਿੰਦਾ ਬੱਲੇ ਵੇਟ ਕਰ ਲਈ ਹੈ ਨਾ ਤੇ ਫਿਰ ਫਿਰ ਬੋਲਦਾ ਕਿ ਭਗਵੰਤ ਸਿੰਘ ਦੇ ਮੁੰਡੇ ਨੂੰ ਬਣਾਉਣਾ ਸੀ ਸੀਐਮ ਫਿਰ ਪਤਾ ਲੱਗਦਾ ਹਲੇ ਕਿੱਥੇ ਸਕਸੈਸ ਕਹਿੰਦਾ ਕਾਂਗਰਸ ਤਾਂ ਮਰੀ ਪਈ ਆ ਆ ਉਹਦੇ ਆਪਣੇ ਬੋਲ ਨਿਕਲੇ ਜਿਹੜੇ ਰਿਕਾਰਡ ਹੋ ਗਏ ਤੇ ਉਸ ਵਾਇਰਲ ਵੀਡੀਓ ਨੇ ਜਿਹੜੇ ਅੰਦਰਲਾ ਸੱਚ ਸੀਗਾ ਉਹ ਲੋਕਾਂ ਦੇ ਸਾਹਮਣੇ ਲਿਆ ਕੇ ਰੱਖਤਾ ਕਿ ਜਿਹੜੇ ਇੰਨੇ ਭਗਤ ਬਣ ਕੇ ਸਿੱਧੂ 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 ਕਰੀ ਜਾਂਦੇ ਸੀ ਆ ਸੱਚ ਹੈ ਉਹਦਾ सीएम ਬਣ ਕੇ ਕੀ ਕਰਨਾ ਆ ਸੀਐਮ ਬਣ ਕੇ ਹੁਣ ਨਵੀਂ ਸਰਕਾਰ ਜਾਨੀ ਕਿ ਨੀਅਤ ਤੇ ਸਵਾਲ ਨੇ ਇੱਥੇ ਨੀਅਤ ਕੀ ਹੈ ਨੀਅਤ ਲੋਕਾਂ ਦੇ ਕੰਮ ਕਰਨ ਵਾਲੀ ਨਹੀਂ ਹੈ ਨੀਅਤ ਕੋ ਸੱਤਾ ਪ੍ਰਾਪਤੀ ਹੈ ਸੱਤਾ ਪ੍ਰਾਪਤੀ ਲਈ ਹੁਣ ਉਹ ਉਹੀ ਕੰਮ ਦੇਖੋ ਆ ਸਰਕਾਰ ਵੀ ਉਹੀ ਕੰਮ ਕਰ ਰਹੀ ਹੈ ਲੱਖਾਂ ਕਰੋੜਾਂ ਦੇ ਇਸ਼ਤਿਹਾਰ ਲੱਖਾਂ ਰੁਪਏ ਦੇ ਬੈਨਰ ਜਿਹੜੇ ਪੋਸਟਰ ਸੜਕਾਂ ਤੇ ਲਾਣੇ ਠੀਕ ਹੈ ਜੀ ਬਾਦੇ ਹਾਂਜੀ ਪ੍ਰਮਿੰਦਰ ਜੀ ਉਸ ਤੇ ਆਪਾਂ ਗੱਲ ਕਰਾਂਗੇ ਅੱਗੇ ਜਾ ਕੇ ਬੈਨਰਾਂ ਵਾਲੇ ਤੇ ਇਹ ਸਾਰਾ ਕੁਝ ਮਤਲਬ ਉਹੀ ਉਸੇ ਉਸੇ ਰਾਤੇ ਹੋ ਗਿਆ ਪਰ ਸਿੱਧੂ ਦਾ ਸੱਚ ਹੈ ਜਿਹੜਾ ਉਹ ਉਹਦੀ ਉਹਦੀ ਖੁਦ ਦੀ ਜ਼ੁਬਾਨ ਰਾਹੀਂ ਬਾਹਰ ਆ ਗਿਆ ਸਿੱਧੂ ਦੀ ਪੋਲ ਖੁੱਲ ਗਈ ਹੈ ਕਿ ਮੁੱਦਿਆਂ ਦੀ ਲੜਾਈ ਨਹੀਂ ਹੈਗੀ ਇਹ ਲੋਕਾਂ ਨੂੰ ਜਿਵੇਂ ਹੋਰ ਪਾਰਟੀਆਂ ਬਣਾਉਂਦੀਆਂ ਨੇ ਸਾਰੀ ਇਕੱਲੀ ਸਿੱਧੂ ਨੂੰ ਥੋੜੀ ਦੋਸ਼ ਦੇ ਰਹੇ ਅਸੀਂ ਬਟ ਸਿੱਧੂ ਇੱਕ ਐਂ ਕਹਿੰਦਾ ਸੀ ਕਿ ਸਿੱਧੂ ਮੈਂ ਪੰਜਾਬ ਦੀ ਐਂ ਕਰ ਦੂੰ ਮੈਂ ਪੰਜਾਬ ਦਾ ਉਹ ਕਰ ਦੂੰ ਬਟ ਸੱਤਾ ਪ੍ਰਾਪਤੀ ਜਿਹੜਾ ਹੈਗਾ ਉਹੀ ਇਹਨਾਂ ਦਾ ਨਸ਼ਾ ਹੈ ਪੋਲੀਟੀਸ਼ੀਅਨ ਨੇ ਇਹ ਬੰਦੇ ਇਹਨਾਂ ਇਹ ਬੰਦੇ ਜਿਹੜੇ ਬੰਦੇ ਭਾਜਪਾ ਵਰਗੀਆਂ ਪਾਰਟੀਆਂ ਦੇ ਵਿੱਚ ਰਹਿ ਗਏ ਜਿਨ੍ਹਾਂ ਨੇ ਸਾਜ਼ਿਸ਼ਾਂ ਚਾਲਾਂ ਘੜ ਦੰਗੇ ਕਰਾ ਫੁਲਾਣਾ ਕਰ ਜਾਂ ਕਾਂਗਰਸ ਵਰਗੀਆਂ ਪਾਰਟੀਆਂ ਦੇ ਵਿੱਚ ਜਿਨ੍ਹਾਂ ਦੀ ਜੁਆਇਨਿੰਗ ਹੈ ਜਿਨ੍ਹਾਂ ਨੇ 84 ਵਰਗੀਆਂ ਖੇਡਾਂ ਖੇਡੀਆਂ ਨੇ ਤੇ ਉੱਥੋਂ ਦੇ ਬੰਦੇ ਆ ਉਹਨੂੰ ਬਚਾ ਪਾ ਕੇ ਕਿਵੇਂ ਚਾਲਾਂ ਚੱਲੀਆਂ ਉਹਨਾਂ ਪਾਰਟੀਆਂ ਦੇ ਵਿੱਚ ਬੰਦਿਆਂ ਨਾਲ ਸੀਨੀਅਰ ਬੰਦਿਆਂ ਨਾਲ ਜਿਹੜੇ ਜਿਹੜੇ ਪਲੈਨਿੰਗਸ ਬਣਾਉਂਦੇ ਨੇ ਯੋਜਨਾਵਾਂ ਬਣਾਉਂਦੇ ਨੇ ਉਹਨਾਂ ਦੇ ਵਿੱਚ ਬੈਠ ਕੇ ਇੰਨਾ ਕੁ ਤਾਂ ਬੰਦਾ ਚੰਟ ਹੋਈ ਜਾਂਦਾ ਪੜਿਆ ਲਿਖਿਆ ਬੰਦਾ ਆਪਾਂ ਕਿਵੇਂ ਕਹਿ ਸਕਦੇ ਆ ਕਿ ਇਹ ਅਨਪੜਾ ਇਹਨੂੰ ਕੁਝ ਆਉਣਾ ਨਹੀਂ ਇਹ ਚਾਲਾਂ ਸਿੱਖ ਕੇ ਆਏ ਨੇ ਇਹਨਾਂ ਨੂੰ ਪਤਾ ਹੈ ਕਿ ਲੋਕਾਂ ਨੂੰ ਇਹ ਮੁੱਦਿਆਂ ਤੇ ਗੱਲ ਕਰੋ ਇਹਨਾਂ ਮੁੱਦਿਆਂ ਤੇ ਹੀ ਗੱਲ ਹੋਣੀ ਹੈ ਹੁਣ ਜੇ ਹੁਣ ਗੱਲ ਕਰੀ ਜਾਵੇ ਮੁੱਦਿਆਂ ਦੀ ਹੁਣ ਹੁਣ ਘਾਟ ਕੀ ਹੈ ਪਹਿਲਾਂ ਤਾਂ ਕਹਿੰਦੇ ਸਾਡੀ ਸਰਕਾਰ ਆਉਣ ਦੋ ਆ ਆ ਗਈ ਸਰਕਾਰ ਜਾਦਾ ਹੱਥ ਨਾ ਫੜਦਾ ਚੰਨੀ ਦਾ ਜਾਂ ਮੋਢੇ ਤੇ ਬਾਹ ਨਾ ਰੱਖਦਾ ਨਵਜੋਤ ਸਿੰਘ ਸਿੱਧੂ ਫਿਰ ਤਾਂ ਗੱਲ ਮੰਨਦੇ ਕਿ ਭਾਈ ਇਹਨੂੰ ਹਜਮ ਨਹੀਂ ਹੋ ਰਹੀ ਜਿਹੜੀ ਇੱਕ ਐਸ்சிਪੀਸੀ ਜਾਂ ਰਿਜ਼ਰਵ ਕੈਟਾਗਰੀ ਦੇ ਕਿਸੇ ਪਰਿਵਾਰ ਦੇ ਬੰਦੇ ਨੂੰ ਲਿਆ ਕੇ ਇਹਨਾਂ ਨੇ ਸੀਐਮ ਬਣਾ ਤਾਂ ਉਹ ਚੀਜ਼ ਇਹਨੂੰ ਹਜਮ ਨਹੀਂ ਹੋ ਰਹੀ ਜਦ ਫੜ ਕੇ ਚੱਲ ਰਿਹਾ ਸੀ ਹੱਥ ਫੜ ਕੇ ਫਿਰ ਤਾਂ ਸਾਥ ਦੇਣਾ ਚਾਹੀਦਾ ਸੀ ਉਹ ਤਾਂ ਐ ਨਵਜੋਤ ਸਿੰਘ ਸਿੱਧੂ ਐ ਮਤਲਬ ਲੋਕਾਂ ਨੂੰ ਪੇਸ਼ ਕਰ ਰਹੀ ਸੀ ਕਿ ਚੰਨੀ ਸਾਹਿਬ ਨੂੰ ਸੀਐਮ ਮੈਂ ਦਿੱਲੀ ਤੋਂ ਬਣਾ ਕੇ ਲੈ ਕੇ ਆਇਆ ਨੇ ਲੈ ਕੇ ਆਉਂਗੇ ਸ਼ਾਬਾਸ਼ ਇਹ ਇਹਦੇ 'ਚ ਨਾ ਪੱਕੀ ਤਾਂ ਕੋਈ ਗੱਲ ਹੀ ਨਹੀਂ ਸੀਗੀ ਜੇ ਤੁਸੀਂ ਅੱਛਾ ਪੜਿਆ ਲਿਖਿਆ ਬੰਦਾ ਆਪਣੇ ਵਰਗਾ ਇਮਾਨਦਾਰ ਬੰਦਾ ਲੱਗਿਆ ਹੋਊਗਾ ਤੁਹਾਨੂੰ ਤਾਂ ਤੁਸੀਂ ਅੱਗੇ ਵੀ ਲਿਆਂਦਾ ਪਰ ਹੁਣ ਸਾਥ ਦੇਣੋਂ ਪਿੱਛੇ ਕਿਉਂ ਹਟ ਗਏ ਇਹ ਗੱਲ ਦਾ ਜਵਾਬ ਦੇਣਾ ਨਾ ਕੈਪਟਨ ਨਾਲ ਬਣੀ ਨਾ ਚੰਨੀ ਨਾਲ ਬਣੀ ਹੁਣ ਫਿਰ ਬਣੂ ਕਿਹਦੇ ਨਾਲ ਕੱਲ ਨੂੰ ਕੋਈ ਹੋਰ ਆਉਂਦਾ ਫਿਰ ਉਹਦੇ ਨਾਲ ਬਣ ਜੂ ਜਾ ਕੱਲ ਨੂੰ ਸੀਐਮ ਬਣ ਕੇ ਕੀ ਤੁਹਾਡੇ ਤੁਹਾਡੇ ਕੋਲ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਮਜੋਤ ਸਿੰਘ ਸਿੱਧੂ ਚੱਕ ਸਕਦਾ ਹੈ ਕਿ ਕੱਲ ਨੂੰ ਸੀਐਮ ਬਣ ਗਿਆ ਤਾਂ ਸਾਰੇ ਐਮਐਲਏ ਨੂੰ ਜੋੜ ਕੇ ਰੱਖ ਲੂ ਨਾਲ ਮੈਨੂੰ ਤਾਂ ਲੱਗਦਾ ਨਹੀਂ ਕਿ ਜਿੱਦਾਂ ਦੀਆਂ ਹਰਕਤਾਂ ਨੇ ਵੀ ਕਿਸ ਨਵਜੋਤ ਸਿੰਘ ਸਿੱਧੂ ਨਾਲ 4 ਐਮਐਲਏ ਵੀ ਜੁੜ ਕੇ ਖੜ ਜਾਣਗੇ ਬਿਲਕੁਲ ਠੀਕ ਹੈ ਜੀ ਜੇ ਹੁਣ 2022 ਵੀ ਆ ਰਿਹਾ ਨੇੜੇ ਹੁਣ ਨਵਜੋਤ ਸਿੰਘ ਸਿੱਧੂ ਨੇ ਆਪਣਾ ਜਿਹੜਾ ਟੋਆ ਪੱਟਿਆ ਸੀ ਉਹਦੇ ਵਿੱਚ ਡਿਗਦੇ ਨਜ਼ਰ ਆ ਰਹੇ ਨੇ ਕਿਉਂਕਿ ਜੇ 2022 ਦੇ ਵਿੱਚ ਚਿਹਰਾ ਸੀ ਚੰਨੀ ਨਵਜੋਤ ਚਰਨਜੀਤ ਸਿੰਘ ਚੰਨੀ ਨੂੰ ਬਣਾਤਾ ਠੀਕ ਹੈ ਬਣਾਉਣਾ ਵੀ ਪੈਣਾ ਹੀ ਆ ਬਿਲਕੁਲ ਤੇ ਜੇ ਬਣਾਤਾ ਜੇ ਤਾਂ ਜਿੱਤ ਗਿਆ ਨਵਜੋਤ ਸਿੰਘ ਸਿੱਧੂ ਕਿਵੇਂ ਕੁਰਸੀ ਦੀ ਮੰਗ ਕਰੋ ਸੀਐਮ ਦੀ ਸੀਐਮ ਸੀ ਕਿਵੇਂ ਮੰਗੂਗਾ ਮੈਨੂੰ ਬਣਾਇਆ ਜਾਵੇ ਕਿਉਂਕਿ ਚਿਹਰਾ ਚਰਨਜੀਤ ਸਿੰਘ ਚੰਨੀ ਦਾ ਲੈ ਕੇ ਦਿੱਤੇ ਹੈ ਕਾਂਗਰਸ ਜਿੱਤੀ ਹੈ ਜੇ ਚਰਨਜੀਤ ਸਿੰਘ ਚੰਨੀ ਦਾ ਚਿਹਰਾ ਲੈ ਕੇ ਹਾਰ ਜਾਂਦੀ ਹੈ ਤਾਂ ਵੀ ਕਿਵੇਂ ਆ ਸਕਦਾ ਫਿਰ ਅੱਗੇ ਫਿਰ ਤਾਂ ਹਾਰੇਗੀ ਫਿਰ ਤਾਂ ਚਾਹੇ ਨਵਜੋਤ ਸਿੰਘ ਸਿੱਧੂ ਦਾ ਚਿਹਰਾ ਹੋਵੇ ਮਤਲਬ ਬਲੇਮ ਗੇਮ ਸ਼ੁਰੂ ਹੋ ਜੂਗੀ ਹਾਂ ਇਹ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਉਹ ਜਿਹੜੀ ਇੱਕ ਪਲਾਨ ਤਿਆਰ ਕੀਤਾ ਸੀ ਯੋਜਨਾ ਬਣਾਈ ਸੀ ਜਿਹੜੀ ਉਹਦੇ ਉਹ sireh ਨਹੀਂ ਚੜ ਰਹੀ ਉਹ ਇਹਨਾਂ ਦੇ ਆਪ ਦੀਆਂ ਆਪਸ ਵਿੱਚ ਹੀ ਉਲਝ ਗਏ ਬਿਲਕੁਲ ਜਿਹੜੀ ਲ lobby ਤਿਆਰ ਕਰੀ ਸੀ ਉਹ ਵੀ ਉਲਝ ਗਈ ਅੱਛਾ ਹੋਰ ਦੇਖੋ ਜਿਹੜਾ ਜਿਹੜੀ ਚੀਜ਼ ਅੱਜ ਆ ਸਾਹਮਣੇ ਆਈ ਹੈ ਵੀਡੀਓ ਉਹ ਉਹਦੇ ਵਿੱਚ ਪ੍ਰਗਟ ਸਿੰਘ ਖੜੇ ਨੇ ਸ਼ਾਇਦ ਨਾਲ ਉਹਨਾਂ ਦੇ ਪ੍ਰਗਟ ਸਿੰਘ ਨਾਲ ਨੇ ਨਾਲ ਖੜੇ ਨੇ ਤੇ ਇਹਦਾ ਮਤਲਬ ਜਿਹੜੀ ਚੀਜ਼ ਨਵਜੋਤ ਸਿੰਘ ਸਿੱਧੂ ਬੋਲ ਰਿਹਾ ਵਗੇ ਭਗਵੰਤ ਸਿੰਘ ਦੇ ਮੁੰਡੇ ਨੂੰ ਬਣਾਉਣਾ ਸੀ ਸੀਐਮ ਤਾਂ ਉਹ ਗੱਲ ਪਹਿਲਾਂ ਵੀ ਹੋਈ ਹੋਣੀ ਨਾ ਹਾਂ ਜਦੋਂ ਆਪਸੇ ਵਿੱਚ ਆਪਸ ਵਿੱਚ ਬੈਠਦੇ ਸੀ ਗੱਲ ਹੋਈ ਹੋਣੀ ਨਾ ਤੇ ਪ੍ਰਗਟ ਸਿੰਘ ਨੂੰ ਪਤਾ ਸੀ ਪਤਾ ਸੀ ਕਿ ਇਹ ਸੀਐਮ ਬਣਨਾ ਚਾਹੁੰਦਾ ਹੈ ਬਿਲਕੁਲ ਠੀਕ ਹੈ ਨਾ ਤੇ ਉਹ ਦੇਖੋ ਹੁਣ ਤੁਸੀਂ ਕਿ ਮਤਲਬ ਸਾਰੇ ਪੋਲੀਟੀਸ਼ੀਅਨ ਬਣ ਚੁੱਕੇ ਆ ਇਹ ਵੈਲਕਮ ਇਹ ਮੁੱਦਾ ਹੀ ਨਹੀਂ ਹੈਗਾ ਬਿਲਕੁਲ ਇਹ ਕਿਉਂ ਲੋਕੋ ਕੇ ਰੱਖਦੇ ਸੀ ਇਹ ਗੱਲ ਕਰਦੇ ਖੁੱਲ ਕੇ ਪਾਰਟੀ ਹਾਈਗ ਮੰਨ ਨੂੰ ਨਾ ਕਿ ਉਹਦੇ ਨਵਜੋਤ ਸਿੰਘ ਸਿੱਧੂ ਦਾ ਨਾਲ ਨਾਲ ਤੁਰੇ ਫੇਰੀ ਲਈ ਪ੍ਰਮੇਂਦਰ ਜੀ ਮੈਂ ਜਦੋਂ ਵੀਡੀਓ ਦੇਖ ਰਿਹਾ ਸੀ ਨਾ ਨਵਜੋਤ ਸਿੰਘ ਸਿੱਧੂ ਦੀ ਮੈਨੂੰ ਐ ਲੱਗਿਆ ਕਿ ਹੋਈ ਤਾਂ ਨਵਜੋਤ ਸਿੰਘ ਸਿੱਧੂ ਨਾਲ ਮਾੜੀ ਕਿ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਕੇ ਦਿੱਲੀ ਤੋਂ ਆਏ ਉਦੋਂ ਬੜੇ ਖੁਸ਼ ਸੀ ਉਹ ਕਿ ਯਾਰ ਮੈਂ ਇੱਕ ਤਾਂ ਐਮਐਲਏ ਅੰਮ੍ਰਿਤਸਰ ਤੋਂ ਤੇ ਦੂਜਾ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਗਿਆ। ਉਦੋਂ ਨਵਜੋਤ ਸਿੰਘ ਸਿੱਧੂ ਨੂੰ ਐ ਨਹੀਂ ਪਤਾ ਸੀ ਵੀ ਕੈਪਟਨ ਮਨਿੰਦਰ ਸਿੰਘ ਗੱਦੀ ਤੋਂ ਲਾਏ ਜਾਣਗੇ। ਜੇਕਰ ਉਹਨਾਂ ਨੂੰ ਪਤਾ ਹੁੰਦਾ ਵੀ ਕੈਪਟਨ ਮਨਿੰਦਰ ਸਿੰਘ ਗੱਦੀ ਤੋਂ ਲਾਏ ਜਾਣਗੇ ਤਾਂ ਉਹ ਕਦੇ ਪ੍ਰਧਾਨ ਨਾ ਬਣਦੇ ਸੀ ਐਮ ਲਈ ਅੜਦੇ। ਫਿਰ ਹਾਈ ਕਮਾਂਡ ਕੀ ਹੁੰਦਾ ਹੈ? ਜੇ ਸਾਰਾ ਕੁਝ ਇਹਨਾਂ ਨੂੰ ਦੱਸ ਦਿੰਦਾ ਹਾਂ। ਹਾਂ। ਫਿਰ ਪ੍ਰਸ਼ਾਂਤ ਕਸ਼ੋਰ ਨੂੰ ਜੇਬ 'ਚ ਪਾਈ ਫਿਰਦੇ ਸੀ ਪਹਿਲਾਂ ਕਿ ਪ੍ਰਸ਼ਾਂਤ ਕਸ਼ੋਰ ਸਿੱਧੂ ਦਾ ਖਾਸ ਹੈ। ਸਿੱਧੂ ਨੂੰ ਅੱਗੇ ਲੈ ਕੇ ਆਉਣ ਵਾਲਾ ਪ੍ਰਸ਼ਾਂਤ ਕਸ਼ੋਰ ਹੈ। ਉਹਨੇ ਵੀ ਨਹੀਂ ਸਾਥ ਦੇਆ ਤੁਸੀਂ ਦੇਖੋਗੇ ਕਿਵੇਂ ਕੈਪਟਨ ਮਨਿੰਦਰ ਸਿੰਘ ਨੂੰ ਪਾਸੇ ਕੀਤਾ ਗਿਆ ਉਹਨੂੰ ਪਾਸੇ ਕਰਨ ਤੋਂ ਪਹਿਲਾਂ ਕਿਵੇਂ ਨਵਜੋਤ ਸਿੰਘ ਸਿੱਧੂ ਨੂੰ ਖੁੰਝੇ ਲਾਇਆ ਗਿਆ ਮੈਂ ਖੁੰਝੇ ਲੈਣਾ ਕਹੂੰਗਾ ਉਹਨੂੰ ਟਕਾਇਆ ਗਿਆ ਪ੍ਰਧਾਨ ਕੀ ਦੇ ਕੇ ਉਸ ਤੋਂ ਬਾਅਦ ਆਪਣੀ ਕਾਰਵਾਈ ਸ਼ੁਰੂ ਕੀਤੀ ਆ ਹੁਣ ਜਿਹੜਾ ਪ੍ਰਿੰਕਰਾ ਹੁਲਦੇ ਨਾਲ ਖੜਨ ਦੀ ਗੱਲ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਤਾਂ ਕੀਤੀ ਹੈ ਕਿ ਜਦੋਂ ਉਹਨੇ ਮਸਤੀਫਾ ਦੇ ਦਿੱਤਾ ਤੇ ਜਿੱਥੋਂ ਆਸ ਸੀ ਉਹਨੂੰ ਉਦੋਂ ਕੋਈ ਮੈਸੇਜ ਨਹੀਂ ਆਇਆ ਹਾਂ ਉਹਨਾਂ ਨੇ ਕਹਿਤਾ ਕਹਿੰਦੇ ਬਣਾਉਣਾ ਬਣਾਓ ਮਨਾਉਣਾ ਮਨਾਓ ਇਹਨੂੰ ਨਹੀਂ ਮੰਨਦਾ ਤਾਂ ਅਗਲੇ ਪ੍ਰਧਾਨਾਂ ਦੇ ਨਾਮ ਭੇਜੋ ਨਾਮ ਭੇਜੋ ਤੇ ਅਸੀਂ ਅਨਾਉਂਸ ਕਰੀਏ ਕਹਿੰਦੇ ਲੱਗਿਆ ਕਿ ਹੁਣ ਤਾਂ ਪ੍ਰਧਾਨਗੀ ਵੀ ਜਾਊ ਪ੍ਰਧਾਨਗੀ ਤਿੰਨ ਦਾ ਨਾਮ ਨੇ ਵੀ ਨਵੇਂ ਪ੍ਰਧਾਨਗੀ ਲਈ ਹਾਂ ਹੁਣ ਫਿਰ ਉਹ ਹਰੀਸ਼ ਚੌਧਰੀ ਜਾਂ ਫੁਲਾਣਾ ਜਾਂ ਹਰੀਸ਼ ਰਾਪਤ ਵਰਗਿਆਂ ਨੂੰ ਜਾਂ ਚੰਨੀ ਚਰਨਜੀਤ ਚੰਨੀ ਨੂੰ ਕਹਤਾ ਕਿ ਮੰਨਦਾ ਠੀਕ ਹੈ ਨਹੀਂ ਮੰਨਦਾ ਤਾਂ ਨਾਮ ਭੇਜੋ ਅਸੀਂ ਨਵਾਂ ਪ੍ਰਧਾਨ ਥਾਪੀਏ ਯਾਨੀ ਕਿ ਉੱਥੋਂ ਵੀ ਝਾੜ ਕੇ ਰੱਖਤਾ ਇਹ ਵੀ ਭਾਈ ਆਪਣਾ ਟਿੱਕੇ ਬੈਠਾ ਰ ਤੇਰੀ ਹੁਣ ਹਰ ਗੱਲ ਨਹੀਂ ਮੰਨੀ ਜਾਂਦੀ ਇੱਕ ਨੂੰ ਪ੍ਰਧਾਨਗੀ ਚਾਹੀਦੀ ਸੀ ਦੇਤੀ ਬਿਲਕੁਲ ਤੇ ਚੁੱਪ ਕਰਕੇ ਆਪਣਾ ਕੰਮ ਕਰ ਨਹੀਂ ਕਰਨਾ ਲਾਂਪੇ ਉਹ ਹੋਰ ਆਏਗਾ ਉਹੀ ਗੱਲ ਕਰਦੇ ਸੀ ਕਿ ਹਾਈ ਕਮਾਂਡ ਦੇ ਉੱਤੇ ਕਿਸੇ ਦਾ ਕੋਈ ਜ਼ੋਰ ਨਹੀਂ ਇੱਥੇ ਜੋ ਉਹਨਾਂ ਨੇ ਕਹਿਣਾ ਕਰਨਾ ਉਹੀ ਕਰਨਾ ਕੋਈ ਨਮਜੋਤ ਸਿੱਧੂ ਨਹੀਂ ਕੋਈ ਕੈਪਟਨ ਨਹੀਂ ਕੋਈ ਚੰਨੀ ਨਹੀਂ ਕੋਈ ਕੁਝ ਨਹੀਂ ਹਾਈ ਕਮਾਂਡ ਨੇ ਤਾਂ ਆਪਣਾ ਦੇਖਣਾ ਕਿ ਸਾਡੀ ਸਰਕਾਰ ਕਿਵੇਂ ਬਣ ਸਕਦੀ ਹੈ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਤੋਂ ਵੱਧ ਕੌਣ ਖਾਸ ਹੋ ਸਕਦਾ ਗਾਂਧੀ ਪਰਿਵਾਰ ਦਾ ਨਵਜੋਤ ਸਿੰਘ ਤਾਂ ਕੱਲ ਆਇਆ ਹਾਲੇ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਧਮਕੀਆਂ ਵੀ ਦਿੱਤੀਆਂ ਕਿ ਮੈਂ ਪਾਰਟੀ ਛੱਡ ਦੂੰ ਮੇਰੇ ਕੋਲ ਚੁਣਾਨੇ ਪੈਣੇ ਪਰ ਕੈਪਟਨ ਬਾਰੇ ਇੱਕ ਵੀ ਸ਼ਬਦ ਨਹੀਂ ਆਇਆ ਹਾਈ ਕਮਾਂਡ ਬਿਲਕੁਲ ਕਿ ਉਹਨੂੰ ਲਾਂਬੇ ਕਰ ਦੋ ਬਾਹਰ ਕਰ ਦੋ ਇਦਾਂ ਦਾ ਪ੍ਰੋਟੋਕੋਲ ਤੋੜ ਰਿਹਾ ਮਰਿਆਦਾ ਭੰਗ ਕਰ ਰਿਹਾ ਜਾਂ ਪਾਰਟੀ ਦੇ ਵਿੱਚ ਇਹਦਾ ਕੁਝ ਨਹੀਂ ਹੁੰਦਾ ਇਦਾਂ ਬਿਆਨਬਾਜ਼ੀ ਕਿਵੇਂ ਕਰ ਰਿਹਾ ਕੋਈ ਹੋਇਆ ਹਮ ਹੁਣ ਤੱਕ ਨਹੀਂ ਹੋਇਆ ਹਰੀਸ਼ ਰਾਵਤ ਤੱਕ ਕੀ ਹਰੀਸ਼ ਰਾਵਤ ਤਾਂ ਆਪਣੇ ਸਾਰੇ ਭੈਣਾਂ ਤੋਂ ਮੁੱਕਰਦਾ ਰਿਹਾ ਨਹੀਂ ਹਰੀਸ਼ ਰਾਵਤ ਬਿਲਕੁਲ ਉਹ ਉਹਦਾ ਉਹਨਾਂ ਦੇ ਬਰਾਬਰ ਦੇ ਕਹਿ ਸਕਦੇ ਆਪਾਂ ਜ ਆ ਸੂਰਜੇ ਵਾਲਾ ਉਹਨਾਂ ਨੂੰ ਉਹ ਆਪਣੇ ਆਪਣੀ ਗੇਮ ਤਾਂ ਖੇਡਦੇ ਨਹੀਂ ਹੈਗੇ ਇਹਨਾਂ ਇਹਨਾਂ ਦੀ ਗੇਮ ਦੇ ਵਿੱਚ ਐਂ ਕਹੋ ਲੱਤ ਪਸੰਦ ਨੇ ਬਗੜੀ ਵੀ ਗੇਮ ਇੱਥਈ ਆ ਹਮ ਜੇ ਇਹਨਾਂ ਨੇ ਪੰਜਾਬ ਦਾ ਭਲਾ ਸੋਚਿਆ ਹੁੰਦਾ ਤਾਂ ਗੱਲਾਂ ਕੁਝ ਹੋਰ ਹੁੰਦੀਆਂ ਜਿਵੇਂ ਕੈਪਟਨ ਲਾਂਬੇ ਕੀਤਾ ਸੀਗਾ ਤਾਂ ਹੁਣ ਨੂੰ ਪੰਜਾਬ ਦਾ ਵਿਕਾਸ ਨਹੀਂ ਹਾਂ ਤੇ ਤੁਰ ਜਾਂਦਾ ਹੁਣ ਤਾਂ ਇੱਕ ਰਿਕਾਰਡ ਬੰਡਣ ਤੇ ਲੱਗੇ ਹੋਏ ਨੇ ਜਰਦੀ ਸਿੰਘ ਚੰਨੀ ਇੱਕ ਗੱਲ ਹੋਰ ਮੈਂ ਛੋਟੀ ਜੀ ਕਰਨੀ ਜਾਣਾ ਨਮਜੋਤ ਸਿੰਘ ਸਿੱਧੂ ਦੀ ਗੱਲ ਜਰਦੀ ਨਮਜੋਤ ਸਿੰਘ ਸਿੱਧੂ ਲਖੀਮਪੁਰ ਮੋਰਚਾ ਲੈ ਕੇ ਮਾਰਚ ਲੈ ਕੇ ਜਾ ਰਹੇ ਮੋਰਚਾ ਬਣਿਆ ਉੱਥੇ ਜਾ ਕੇ ਹਾਂ ਕੀ ਕਰਨ ਗਏ ਹੈ ਬਿਲਕੁਲ ਉੱਥੇ ਜਾ ਕੇ ਕੀ ਹੋਊਗਾ ਹੱਥ ਲਾ ਕੇ ਫਿਰ ਮੁੜਿਆਣਾ ਤੁਸੀਂ ਇੱਕ ਗੱਲ ਉੱਥੇ ਹੋਰ ਦੇਖਿਓ ਕਹਿੰਦੇ ਸੀਗੇ ਅਸੀਂ 10000 ਗੱਡੀ ਦਾ ਕਾਫਲਾ ਲੈ ਕੇ ਜਾਵਾਂਗੇ ਤੇ ਸਾਰੇ ਕਾਂਗਰਸ ਨਾਲ ਸੀ ਜਦੋਂ ਉਹਨਾਂ ਨੂੰ ਯੂਪੀ ਦੇ ਬਾਰਡਰ ਤੋਂ ਰੋਕਿਆ ਗਿਆ ਉੱਥੇ ਰੁਕ ਗਏ ਉਹ ਉਸ ਤੋਂ ਬਾਅਦ ਜਦੋਂ ਅੱਜ ਉੱਤਰਾਖੰਡ ਤੋਂ ਤੁਰੇ ਤਾਂ ਪੰਜਾਬ ਦੇ ਵਿਧਾਇਕ ਸਿਰ ਦੇ ਕੈਬਨਟ ਮਨਿਸਟਰ ਸੀ ਉਹ ਨਵਜੋ ਸਿੱਧੂ ਨੂੰ ਉੱਥੇ ਸਿਰਫ 4-5 ਉਹਨਾਂ ਦੇ ਘੇਰੇ ਦੇ ਆਲੇ-ਦੁਆਲੇ ਛੱਡ ਗਏ ਪੰਜਾਬ ਵਾਪਸ ਪਰਤ ਆਈ ਬਿਲਕੁਲ ਉਹੀ ਗੱਲ ਕਰਦੇ ਪਹਿਲੀ ਤਾਂ ਗੱਲ ਇਹ ਸੀ ਨਾ ਵੀ ਇਹ ਪੰਜਾਬ ਕਾਂਗਰਸ ਦਾ ਪ੍ਰਧਾਨ ਇਕਾਈ ਦਾ ਇਹ ਤਾਂ ਤਾਂ ਵੈਸੇ ਸੰਵਿਧਾਨਕ ਉੱਥੇ ਹੱਕ ਹੀ ਨਹੀਂ ਮਣਦਾ ਪਹਿਲੀ ਤਾਂ ਗੱਲ ਚਲੋ ਵੱਖਰੀ ਗੱਲ ਜਾਣਾ ਸੀ ਦਿੱਲੀ ਕਿਹਾ ਸੀ ਨਾ ਮੈਂ ਦਿੱਲੀ ਜਾਊਂ ਮੋਰਚ ਉਧਰਲੇ ਪਾਸੇ ਨੂੰ ਮੂੰਹ ਨਹੀਂ ਕਰਿਆ ਆ ਬਠਿੰਡਾ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਬਚਾਰੇ ਗਰੀਬ ਪਰਿਵਾਰ ਮਰ ਰਹੇ ਨੇ ਸੁੰਡੀ ਖਾ ਗਈ ਫਸਲਾਂ ਨੂੰ ਤੇ ਉਧਰ ਨੂੰ ਮੂੰਹ ਨਹੀਂ ਕਰਿਆ ਤੇ ਉਧਰ ਨੂੰ ਮੂੰਹ ਝੱਕੇ ਤੁਰਿਆ ਉਧਰ ਨੂੰ ਕੀ ਆ ਜਦੋਂ ਸੀਐਮ ਜਾ ਰਹੇ ਨੇ ਸੀਐਮ ਠੀਕ ਹੈ ਉਧਰ ਪ੍ਰਿੰਕਾ ਰਾਹੁਲ ਚਲੇਗੀ ਠੀਕ ਹੈ ਬਾਕੀ ਤਾਂ ਕੋਈ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਦੇਖਿਆ ਨਹੀਂ ਮਤੋੜਿਆ ਉਧਰ ਨੂੰ ਬਿਲਕੁਲ ਇਹ ਜ਼ਰੂਰ ਦੌੜੇ ਇਹ ਮਤਲਬ ਕਹਿਣ ਦਾ ਭਾਵ ਹੈ ਬਸ ਐ ਚਾਹੁੰਦਾ ਕਿ ਮੈਨੂੰ ਪੰਜਾਬ ਦੇ ਵਿੱਚ ਮੈਂ ਕਿਸਾਨਾਂ ਦਾ ਮੈਂ ਹੀਰੋ ਬਣ ਜਾ ਪਹਿਲਾਂ ਕਾਂਗਰਸ ਦਾ ਹੀਰੋ ਫਿਰ ਲੋਕਾਂ ਦਾ ਹੀਰੋ ਬਣ ਜਾ ਫਿਰ ਮਨ ਕਿਸਾਨਾਂ ਦਾ ਹੀਰੋ ਬਣ ਜਾ ਕਿਤੇ ਨਾ ਕਿਤੇ ਮੈਂ ਕਿਸੇ ਤਰੀਕੇ ਨਾਲ ਕੈਪਚਰ ਕਰ ਲਾਂ ਪਹਿਲਾਂ ਕਹਿੰਦਾ ਸੀ ਮੈਂ ਪ੍ਰਿੰਕਾ ਨੂੰ ਜੇ ਰਿਹਾਂ ਨਾਗੇ ਤਾਂ ਤਾਂ ਜਾਊਂਗਾ ਉਹ ਵੀ ਰਿਹਾਂ ਕਰਤੀ ਫੇਰ-ਫੇਰ ਦੌੜਦੇ ਉਧਰ ਨੂੰ ਲੋਕਾਂ ਦਾ ਇਕੱਠ ਲੈ ਕੇ ਇਹ ਨਹੀਂ ਗੱਲ ਗੱਲ ਤਾਂ ਤੁਸੀਂ ਪੰਜਾਬ ਦਾ ਪੈਸਾ ਖਰਚ ਕਰ ਰਹੇ ਹੂੰ ਉਹ ਇੰਡੇਡੇ ਕਾਫਲੇ ਲੈ ਕੇ ਗੱਡੀਆਂ ਦੇ ਤੁਸੀਂ ਕਿਡਾਪਰ ਦਾ ਤੇਲ ਫੋਕ ਰਹੇ ਹੋ ਉਦ ਦਾ ਖਜ਼ਾਨਾ ਖਾਲੀ ਹੈ ਉਹ ਸਾਰਾ ਕੁਝ ਜਣੀ ਕਿ ਕਹਿਣ ਦਾ ਭਾਵ ਹੈ ਕਿ ਜੋ ਗੇਮ ਹੋ ਰਹੀ ਹੈ ਸਾਰੀ ਰਾਜਨੀਤਿਕ ਗੇਮ ਹੈ ਇਹਨਾਂ ਨੂੰ ਸਮਝਣਾ ਚਾਹੀਦਾ ਲੋਕਾਂ ਨੂੰ ਸਮਝ ਪਤਾ ਨਹੀਂ ਕਦੋਂ ਆਊਗੀ ਜਦੋਂ ਜਦੋਂ ਐ ਕਹਿ ਲੋ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ ਉਹ ਹਾਲ ਤਾਂ ਨਹੀਂ ਹੋ ਰਿਹਾ ਕਿਤੇ ਫੇਰ ਲੋਕ ਫੇਰ ਲੋਕ ਤਾਂ ਕਈ ਵਾਰ ਪੱਥਰ ਚੱਟ ਕੇ ਮੁੜਿਆ ਹੈ ਪਰ ਫੇਰ ਭੁੱਲ ਜਾਂਦੇ ਹੁਣ ਫੇਰ ਉਧਰਲੇ ਪਾਸੇ ਨੂੰ ਤੁਰੇ ਹੋਏ ਹੈ ਸਮਝਣਾ ਚਾਹੀਦਾ ਮੈਂ ਇੰਨੇ ਭਗਤ ਬਣ ਕੇ ਨਾ ਤੁਰੂ ਜੀ ਜੀ ਪ੍ਰਮਿੰਦਰ ਜੀ ਕਿਸਾਨੀ ਅੰਦੋਲਨ ਇੱਕ ਸਾਲ ਤੋਂ ਦਿੱਲੀ ਦੇ ਉੱਥੇ ਬਰੂਹਾਂ ਤੇ ਜਾਰੀ ਹੈ ਤੇ ਹੁਣ ਭਾਜਪਾ ਦੇ ਵਿੱਚ ਆਪਣੀ ਬਗਾਵਤ ਸ਼ੁਰੂ ਹੋ ਗਈ ਜੋ ਕਾਰਜਕਾਰੀ ਉਹਨਾਂ ਦੀ ਸੀ ਉਹਦੇ ਵਿੱਚੋਂ ਵਰੁਣ ਗਾਂਧੀ ਮੇ ਉਹਦੀ ਮਾਤਾ ਮੇਨਕਾ ਗਾਂਧੀ ਨੂੰ ਬਾਹਰ ਕਰਤਾ ਤੇ ਜੋ ਚੌਧਰੀ ਬਰੇਂਦਰ ਸਿੰਘ ਸੀ ਸਾਬਕਾ ਕੇਂਦਰੀ ਮੰਤਰੀ ਨੇ ਉਹਨਾਂ ਨੂੰ ਵੀ ਐਵੇਂ ਬਾਹਰ ਕਰਤਾ ਐ ਹਾਲੇ ਕੇ ਚਰਚਾ ਮਤ ਆਪਾਂ ਨੇ ਲੋਕ ਰਣ ਤੇ ਪ੍ਰੋਗਰਾਮ ਚ ਪਹਿਲਾਂ ਵੀ ਕਾਫੀ ਵਾਰ ਕੀਤੀਆਂ ਕਿ ਵਰुण ਗਾਂਧੀ ਤੇ ਮੇਨਕਾ ਗਾਂਧੀ ਕਿਸਾਨੀ ਅੰਦੋਲਨ ਦੇ ਕਿਤਨਾ ਕਿਤੇ ਹੱਕ ਚ ਬੋਲਦੇ ਨੇ ਪਾਰਟੀ ਦੇ ਅੰਦਰ ਤੇ ਬੀਜੇਪੀ ਨਾਲ ਉਹਨਾਂ ਦੀ ਟਸਲ ਚੱਲਦੀ ਐ ਤੇ ਹੁਣ ਉਹਨਾਂ ਨੂੰ ਤਿੰਨੇ ਜਣਿਆਂ ਨੂੰ ਬਾਹਰ ਕਰਨਾ ਇਹ ਤਾਂ ਪ੍ਰਜਗ ਜਾਹਰ ਹੈ ਨਾ ਕਿ ਬੀਜੇਪੀ ਦੇ ਵਿੱਚ ਬਗਾਵਤਾਂ ਵੱਡੇ ਪੱਧਰ ਤੇ ਹੈਗੀ ਐ ਉਹਦਾ ਦੱਬਿਆ ਜਾ ਰਿਹਾ ਉਸ ਗੱਲ ਨੂੰ ਬਿਲਕੁਲ ਬਗਾਵਤ ਤੋਂ ਕੋਈ ਮਨਕਰ ਹੀ ਨਹੀਂ ਹੈਗਾ ਹੂੰ ਕੋਈ ਬੰਦਾ ਸਾਹ ਹੀ ਨਹੀਂ ਖਾੜ ਰਿਹਾ ਤੁਸੀਂ ਦੇਖੋ ਮੈਂ ਕਹਿੰਦਾ ਡਰਾਵਾ ਦੇਖੋ ਪਾਰਟੀ ਦੇ ਵਿੱਚ ਤਾਂ ਹੈਗਾ ਹੀ ਹੈਗਾ ਪਰ ਉਹ ਗਾਂਧੀ ਨੇ ਤਾਂ ਪਹਿਲਾਂ ਆਪਣਾ ਬੀਜੇਪੀ ਵਾਲਾ ਉਹ ਹਟਾਇਆ ਉਥੋਂ ਟਵਿੱਟਰ ਤੋਂ ਅਕਾਊਂਟ ਦੇ ਵਿੱਚੋਂ ਬੀਜੇਪੀ ਦਾ ਨਾਮ ਮਨਫ਼ੀ ਕੀਤਾ ਆਪਣੇ ਨਾਮ ਤੋਂ ਤੇ ਪੀਡੀਪੀ ਤੋਂ ਜਿਹੜਾ ਇਕੱਲਾ ਐਮਪੀ ਲਿਖਦਾ ਹਨਾ ਬਿਲਕੁਲ ਤੇ ਉਹ ਚੀਜ਼ ਹਟਾ ਕੇ ਫਿਰ ਉਹਨੇ ਜਦੋਂ ਬੋਲਿਆ ਕਿ ਜਿਹੜਾ ਜਿਹੜਾ ਉੱਥੇ ਜ਼ੁਲਮ ਹੋਇਆ ਉਹ ਉਹਦੇ ਦੇ ਜਿਹੜਾ ਦੋਸ਼ੀਆਂ ਨੂੰ ਅੰਦਰ ਦੇਣਾ ਚਾਹੀਦਾ ਕਿਸਾਨਾਂ ਤੇ ਇਦਾਂ ਜ਼ੁਲਮ ਨਹੀਂ ਹੋਣਾ ਚਾਹੀਦਾ ਲਹੂ ਡੁੱਲ ਰਿਹਾ ਕਿਸਾਨਾਂ ਦਾ ਤਾਂ ਉਹ 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 ਜਿਹੜਾ ਭਾਜਪਾ ਦੇ ਅਗੇਂਸਟ ਜਾਂਦੀ ਇਹ ਗੱਲ ਤੇ ਉਹਨਾਂ ਨੇ ਕਾਰਜਕਾਰਨੀ ਤੋਂ ਬਾਹਰ ਕਰਤਾ ਇਹਨਾਂ ਨੂੰ ਹਾਂ ਮੈਨਕਾ ਨੂੰ ਵੀ ਕਰ ਲਕਾ ਨੂੰ ਵੀ ਕਰਤਾ ਹਮ ਵਰਣਗਾਂਧੀ ਦੀ ਵੀ ਕਰਤਾ ਤੇ ਇਹ ਇਹ ਚੀਜ਼ ਤਾਂ ਦੇਖੋ ਮੈਂ ਇੱਕ ਪਹਿਲਾਂ ਵੀ ਗੱਲ ਕਰਦਾ ਕਿ ਇਹ ਬੀਜੇਪੀ ਦੇ ਵਿੱਚ ਤਾਂ ਇਹ ਹੈ ਹੀ ਆ ਨਾ ਉਹ ਕਦੇ ਕਿਸੇ ਨੂੰ ਬੋਲਣੇ ਨਹੀਂ ਦਿੰਦੇ ਖਾਸ ਕਰਕੇ ਪਾਰਟੀ ਦੇ ਅਗੇਂਸਟ ਤਾਂ ਜਾ ਹੀ ਨਹੀਂ ਸਕਦਾ ਕੋਈ ਬੀਜੇਪੀ ਨਹੀਂ ਗੱਲ ਕਰੇ ਉਹ ਆਪਾਂ ਫਿਰ ਫਿਰ ਉਹੀ ਗੱਲ ਆ ਗਈ મોદી ਹਮ ਹਮ ਆਪਦੀ ਵਾਰ ਮੋਦੀ ਸਰਕਾਰ ਤਾਂ ਮੋਦੀ ਦੀ ਟੀਮ ਦੇ ਵਿੱਚੋਂ ਜਾਂ ਮੋਦੀ ਦੀ ਸਰਕਾਰ ਦੇ ਖਿਲਾਫ ਨਹੀਂ ਕਿਸੇ ਨੇ ਬੋਲਣਾ ਕੋਈ ਆ ਚਾਹੀ ਐਡਾ ਵੱਡਾ ਕਾਂਡ ਹੋ ਗਿਆ ਮਾਇਆਵਦੀ ਕਿੱਥੇ ਕੁਸ ਕੀ ਹੈ ਨਾ ਬੋਲੇ ਨਹੀਂ ਹੈ ਬਿਲਕੁਲ ਇਹ ਨਾ ਦਾਦਾ ਬੰਦਾ ਕੋਈ ਹੋਵੇ ਚਲੋ ਬੀਜੇਪੀ ਦਾ ਬੰਦਾ ਤਾਂ ਬੋਲੇ ਨਹੀਂ ਸਕਦਾ ਉਹਦੇ ਅੰਦਰ ਦਬਾਅ ਏਡਾ ਵੱਡਾ ਹੈ ਉਹਨੂੰ ਸਰਕਾਰ ਤੋਂ ਹੋਰ ਤਾਂ ਤੇਰਾ ਹੈਗੀਆਂ ਹੀ ਨਹੀਂ ਯੂਪੀ ਚ ਉਹ ਮਦਰ ਕੈਨ ਦਾ ਭਾਵ ਹੈ ਏਜੰਸੀਆਂ ਜਾਂ ਜਾਂਚਾਂ ਜਾਂ ਹੋਰ ਜਿਹੜੇ ਏਡੇ ادارے ਨੇ ਵੱਡੇ ਉਹਨਾਂ ਦਾ ਏਡਾ ਡੰਡਾ ਇਹਨਾਂ ਨੇ ਆਪਣੇ ਕੰਟਰੋਲ ਚ ਰੱਖ ਰਖ ਕੇ ਆ ਕਿ ਉਹਨਾਂ ਦੇ ਉੱਤੇ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਉੱਪਰ ਵੀ ਰੱਖ ਦਿੰਦੇ ਆ ਕਿ ਤੂੰ ਬੋਲ ਤਾਂ ਉਹ ਦੱਸ ਜੀ ਬਿਲਕੁਲ ਉਹ ਸਾਰਾ ਕੁਝ ਹੈ ਮਾ ਕਰਪਸ਼ਨ ਦਾ ਰਾਜਨੀਤੀ ਦਾ ਸਾਰੇ ਰੰਗ ਰੰਗੇ ਰੰਗੇ ਹੋਏ ਆ ਭ੍ਰਿਸ਼ਟਾਚਾਰ ਨਾਲ ਕਰਪਸ਼ਨ ਦਾ ਤੇ ਰਾਜਨੀਤੀ ਦਾ ਨੌ ਮਾਸ ਦਾ ਰਿਸ਼ਤਾ ਹੈ ਇਤੋਂ ਕਿਤੇ ਮੱਖ ਹੋ ਜਾਂਦਾ ਹੈ ਤੇ ਆ ਚੀਜ਼ ਚੱਲ ਰਹੀ ਹੈ ਸਭ ਸਭ ਡਰੇ ਬੈਠੇ ਨੇ ਗੰਗ ਪੈਂਦੀ ਗੰਗਾ ਦੇ ਹੱਥ ਤੋਂ ਹੋਏ ਹੋਏ ਨੇ ਐਵੇਂ ਕਿਵੇਂ ਜਿਹਦੀ ਕੋਈ ਆਪਣੀ ਬੁੱਕਤ ਨਹੀਂ ਹੁੰਦੀ ਜਿਹਦੇ ਕੋਲ ਕਮਾਈ ਨਹੀਂ ਹੁੰਦੀ ਸਾਧਨ ਨਹੀਂ ਹੁੰਦਾ ਸੋਰਸ ਦਾ ਕਮਾਈ ਦਾ ਉਹ ਕਰੋੜਾਪਤੀ ਆਪ ਬਹੁਤ ਕਿਵੇਂ ਬਣ ਜਾਂਦਾ ਪੋਲਿਟਿਸ਼ੀਅਨ ਬਣਨ ਤੋਂ ਬਾਅਦ ਕੋਈ ਨਹੀਂ ਪੁੱਛਦਾ ਵੀ ਤੇਰੇ ਕੋਲ ਆਮਦਨ ਕਿੱਥੋਂ ਆ ਗਈ 2 ਲੱਖ 4 ਲੱਖ ਰੁਪਏ ਤਨਖਾਹ ਨਾਲ ਐਡੀ ਆਮਦਨ ਮਾਣੀ ਨੇ ਐਡੀ ਜਦਾਦਾ ਮਾਣੀ ਨਹੀਂ ਆ ਨੇ ਹਾਂ ਬਿਲਕੁਲ ਕਰੋੜਾ ਰੁਪਏ ਦੀਆਂ ਜਦਾਦਾ ਨੇ ਤਨਖਾਹ ਅਲੱਗ ਪੁੰਜਾਂ ਨੇ ਖਰਚੇ ਵੀ ਨਹੀਂ ਹੈਗੇ ਜਿਆਦਾ ਖਰਚ ਸ਼ੋਅ ਕਰਨ ਵੀ ਦੇਖੋ ਕਿ ਆਹ ਖਰਚੇ ਸੀ ਆਹ ਸਾਡੇ ਬਿਜ਼ਨਸ ਚੱਲਦੇ ਸੀ ਨਾਲ ਕਮਾਈਆਂ ਆ ਗਈਆਂ ਤੇ ਉਹ ਹੈ ਹੀ ਨਹੀਂ ਖਰਚ ਕੁਛ ਨਹੀਂ ਕਰਨਾ ਉਹਨਾਂ ਤਨਖਾਹਾਂ ਨੇ ਤਨਖਾਹਾਂ ਦੇ ਸਿਰ ਤੇ ਕਿੰਨਾ ਕਰ ਲੋਗੇ ਇੱਕ ਵਾਰ ਐਮਐਲਏ ਬਣ ਗਿਆ ਚਲੋ 5 ਸਾਲ ਉਸ ਤੋਂ ਬਾਅਦ ਤਾਂ ਆਪ ਦਾ ਖਰਚ ਆਪ ਕਰਨਾ ਪਊਗਾ ਨਾ ਪੈਨਸ਼ਨਾਂ ਦੀ ਜੋ ਜੋਗ ਜਾਂਦੇ ਸਾਰੇ ਖਰਚੇ ਤਾਂ ਖੁੱਲ ਜਾਂਦੇ ਨੇ ਫਿਰ ਉਹੀ ਦੁੱਗਣੀ ਤਿੰਗਣੀ 10 ਗੁਣਾ ਵਧ ਜਾਂਦੀ ਆਮਦਨ ਹੋਰ ਵਧ ਜਾਂਦੀ ਹੈ 50 ਗੁਣਾ ਹੋ ਗਈ ਜੀ ਐਵੇਂ ਕਿਵੇਂ ਹੋ ਜਾਂਦੀ ਹੈ ਹਾਂ ਕਰਬਾਂ ਖਰਬਾਂ ਪਤੀ ਕਰੋੜਾਂ ਪਤੀ ਤੁਸੀਂ ਕਿਵੇਂ ਬਣ ਜਾਂਦੇ ਹੋ ਕੁਝ ਨਹੀਂ ਪਤਾ ਕੋਈ ਪੁੱਛਣ ਵਾਲਾ ਨਹੀਂ ਕੋਈ ਜਾਂਚ ਨਹੀਂ ਕੋਈ ਕੁਝ ਨਹੀਂ ਜੇ ਹੁੰਦੀ ਵੀ ਹੈਗੀ ਤਾਂ ਰਾਫਾਦਾਫਾ ਕਰਕੇ ਪਰੇ ਕਰ ਦਿਆ ਜਾਂਦਾ ਤੁਸੀਂ ਕੀ ਗੱਲ ਹੋਰ ਦੇਖਿਓ ਇਹ ਗੱਲਾਂ ਲੋਕਾਂ ਨੂੰ ਵੀ ਪਤਾ ਕਿ ਇੱਕ ਐਮਐਲਏ ਕਿ ਪਹਿਲਾਂ ਕੀ ਹੁੰਦਾ ਜਿੱਤਣ ਦੇ ਬਾਅਦ ਕੀ ਬਣ ਜਾਂਦਾ ਲੋਕਾਂ ਨੇ ਸਵੀਕਾਰ ਕਰ ਲਏ ਲੋਕ ਕਹਿੰਦੇ ਆ ਫਿਰ ਕੀ ਹੈ ਆ ਤਾਂ ਕਰਦੇ ਹੀ ਹੁੰਨੇ ਆ ਕਰਦੇ ਉਹਨਾਂ ਨੂੰ ਇਹ ਨਹੀਂ ਨਾ ਪਤਾ ਵੀ ਤੁਹਾਨੂੰ ਲੁੱਟ ਰਹੇ ਨੇ ਬਿਲਕੁਲ ਬਿਲਕੁਲ ਨਹੀਂ ਉਹਨਾਂ ਨੂੰ ਉਹ ਕਿਤੇ ਕਿਤੇ ਕਿਤੋਂ ਥੋੜੀ ਲੈ ਕੇ ਆ ਰਹੇ ਨੇ ਤੁਸੀਂ ਕਮਾ ਰਹੇ ਹੋ ਤੁਸੀਂ ਤਾਂ ਤੁਸੀਂ ਦੇਖੋ ਉਹਨਾਂ ਨੂੰ ਬਾਦਸ਼ਾਹੀਆਂ ਦੇਣ ਵਾਲੇ ਤੁਸੀਂ ਲੋਕੋਂ ਤੁਸੀਂ ਉਹਨਾਂ ਦੇ ਲਈ ਕੰਮ ਕਰ ਰਹੇ ਹੋ ਨੌਕਰੋਂ ਤੁਸੀਂ ਉਹਨਾਂ ਦੇ ਪੋਲੀਟੀਸ਼ਨਾਂ ਦੇ ਤੁਸੀਂ ਤੁਸੀਂ ਤੁਹਾਡੇ ਬੱਚੇ ਮਿਹਨਤਾਂ ਕਰ ਕਰਕੇ ਕਮਾ ਰਹੇ ਨੇ ਔਰ ਤੁਹਾਡੇ ਤੋਂ ਤੁਹਾਡੀ ਕਮਾਈ ਤੁਸੀਂ 10-10 ਘੰਟੇ 12-12 ਘੰਟੇ ਵੀ ਕੰਮ ਕਰਦੇ ਹੋਵੋਗੇ ਕਿ ਮਜ਼ਦੂਰ ਵਿਚਾਰਾ ਕਿੰਨਾ ਉਹ ਕਮਾ ਲੈਂਦਾ ਕਿ ਕਿੰਨੇ ਦਿਨ ਚ ਸਾਰਾ ਦਿਨ ਉਹਨੂੰ ਲਾ ਕੇ ਰੱਖਦਾ ਦਿਹਾੜੀ ਤੇ ਜੇ ਕੋਈ ਜਾਂਦਾ ਇਹ ਬੰਦਾ ਜਿਹਨੇ ਦਿਹਾੜੀ ਦੇਣੀ ਹੁੰਦੀ ਔਰ ਇੱਕ ਮਿੰਟ ਨਹੀਂ ਬੈਠਣ ਦਦਾ ਰੋਟੀ ਖਾਣ ਦਾ ਵੀ ਸਮਾਂ ਮਸਾ ਦਿੰਦਾ ਚਾਹ ਪੀਣ ਦਾ ਸਮਾਂ ਮਸਾ ਦਿੰਦਾ ਤੇ ਉਹ ਕਮਾਈ ਕਰਦਾ ਸਰੀਰ ਤੋੜਦਾ ਹੈ ਆਪਣਾ ਤੁਪ ਮੀ ਕਣੀ ਹਾਰਡਵਰਕ ਜਿੰਨਾ ਹੁੰਦਾ ਕਰਾ ਜਿੰਨਾ ਕਰਵਾਇਆ ਜਾਂਦਾ ਤੋ ਕਰਦਾ ਉਹ ਲੇਕਿਨ ਉਹ ਕਮਾਈ ਕਰਕੇ ਘਰੇ ਸਾਰੀ ਕਮਾਈ ਥੋੜੀ ਖਰਚ ਲੰਦਾ ਕਦੇ ਕਿਤੇ ਟੈਕਸ ਕਦੇ ਕਿਤੇ ਟੈਕਸ ਆਪਸਾਂ ਡਰ ਮਹਿੰਗਾ ਹੋ ਗਿਆ ਆ ਪਟਰੋਲ ਡੀਜ਼ਲ ਮਹਿੰਗਾ ਹੋ ਗਿਆ ਤੇ ਇਹਨਾਂ ਦੇ ਉੱਪਰ ਟੈਕਸਨ ਵਾਲੀ ਮਹਿੰਗਾ ਕਰਿਆ ਕਿੱਥੇ ਜਾਂਦਾ ਟੈਕਸ ਫਿਰ ਇਹ ਟੈਕਸ ਦੇ ਤੋ ਦਿੰਦੇ ਨੇ ਤੁਸੀਂ ਟੈਕਸ ਦਿੱਤਾ ਉਹ ਫੰਡ ਬਣ ਗਿਆ ਉਹ ਫੰਡ ਸਰਕਾਰ ਅਦਾਕਾਰ ਜਾਰੀ ਕਰਦੀ ਹੈ ਹਾਂ ਜੀ ਇਹ ਬੁੱਲ ਬਣਾ ਦੋ ਬੀਹ ਯਾਰ ਕਰੋੜ ਰੁਪਏ ਦਾ ਹੁਣ 20000 ਕਰੋੜ ਦਾ ਪੁਲ ਦਾ ਠੇਕਾ ਦੇਤਾ ਹੁਣ ਠੇਕੇਦਾਰ ਨੂੰ ਕੀ ਕਹਿਣਾ 20000 ਕਰੋੜ ਤੋਂ ਕਿੰਨਾ ਲਾਣਾ ਭਾਈ 5-7 ਕਰੋੜ ਲਾ ਲਾ 5-7000 ਕਰੋੜ ਲਾ ਲਾ ਬਾਕੀ 12000 ਕਰੋੜ 13000 ਕਰੋੜ ਇੱਧਰ ਰੱਖ ਦੇ ਸਾਡਾ ਹਿੱਸਾ ਸਾਡਾ ਹਿੱਸਾ ਰੱਖ ਦੇ ਉਹ ਉਹ ਚੀਜ਼ਾਂ ਨੇ ਉਹ ਫੰਡ ਜਿਹੜਾ ਤੁਸੀਂ ਮਿਹਨਤਾਂ ਕਰ ਕਰਕੇ ਟੈਕਸਾਂ ਦੇ ਰੂਪ ਵਿੱਚ ਦੇਤਾ ਫੰਡ ਬਣਾ ਕੇ ਦੇਤਾ ਉਹਨਾਂ ਨੂੰ ਐਂ ਲੁੱਟਦੇ ਨੇ ਫਿਰ ਇਹ ਕਿਤੇ ਇਹ ਤੁਸੀਂ ਮਿਹਨਤ ਤੁਸੀਂ ਕਰਦੇ ਹੋ ਸੜਕਾਂ ਦੇ ਉੱਤੇ ਤੁਸੀਂ ਫਰਨੋ ਤੈਨੂੰ ਤੁਸੀਂ ਫੂਕਦੇ ਹੋ ਆਪਣਾ ਆਪਣਾ ਜੀ ਜਾਣ ਲਾਗੇ ਤੁਸੀਂ ਤੇ ਵੋਟਾਂ ਵਾਕੇ ਫਿਰ ਬਾਦਸ਼ਾਹੀ ਵੀ ਦਿੰਦੇ ਹੋ ਸਾਰਾ ਕੁਝ ਕਰਦੇ ਹੋ ਕੀ ਕਾਰੇ ਲਈ ਇਹਨਾਂ ਦੇ ਘਰ ਪਰਨ ਨੂੰ ਇਹ ਕੀ ਕਰਦੇ ਨੇ ਇਹਨਾਂ ਦੇ ਬੱਚੇ ਜਾ ਰਹੇ ਨੇ ਸੈਰਾਂ ਕਰਨ ਕਿੰਨੇ ਲੱਖ ਖਰਚੇ ਆਏ 25 ਲੱਖ ਖਰਚੇ ਆਏ ਕਿੰਨੇ ਦਿਨਾਂ ਚ 7 ਦਿਨਾਂ ਚ 30 ਲੱਖ ਖਰਚੇ ਆਏ 1 ਕਰੋੜ ਖਰਚੇ ਆਏ ਉਹ ਇਹ ਖਰਚਦੇ ਨੇ ਬਿਲਕੁਲ ਇਹ ਤੁਹਾਡੇ ਤੇ ਲੁੱਟ ਹੁੰਦੀ ਹੈ ਤੁਸੀਂ ਸਮਝੋ ਜੇ ਤੁਸੀਂ ਨਹੀਂ ਸਮਝੋਗੇ ਤਾਂ ਕਰਾਈ ਜਾਓ ਲੁੱਟ ਕਿਸੇ ਦਾ ਕੀ ਵਿਗੜਦਾ ਫਿਰ ਉਹ ਤਾਂ ਐਸ਼ ਕਰ ਰਹੇ ਨੇ ਤੁਹਾਡੇ ਸਿਰਾਂ ਤੇ ਐਸ਼ ਕਰ ਰਹੇ ਨੇ 3500 4000 ਕਰੋੜ ਦੀ ਪ੍ਰਾਪਰਟੀ ਬਣ ਗਈ ਜੀ ਅਰਬਾਂ ਖਰਬਾਂ ਦੀ ਪ੍ਰਾਪਰਟੀ ਬਣ ਗਈ ਕਿੱਥੋਂ ਬਣ ਗਈ ਕੋਈ ਕੋਈ ਠੇਕੇ ਲੰਦਾ ਸੀ ਕੋਈ ਘਰ ਬਣਾਉਣ ਦੇ ਠੇਕੇ ਲੰਦਾ ਸੀ ਕੋਈ ਪਲਾਟ ਵੇਚਦਾ ਸੀ ਐਮਐਲਏ ਬਣ ਗਿਆ ਤੇ ਹੁਣ ਕੀ ਕਰਦਾ ਹੁਣ ਦੇਖੋ ਜੀ ਐਨੇ ਕਰੋੜ ਦੀ ਤਾਂ ਕੋਠੀ ਹੈ ਐਨੇ ਕਰੋੜ ਦੀਆਂ ਗੱਡੀਆਂ ਨੇ ਆਹਾਂ ਐਨੇ ਕਰੋੜ ਦੇ ਬਿਜ਼ਨਸ ਨੇ ਕਿੱਥੋਂ ਸ਼ੁਰੂ ਹੋ ਗਏ ਭਾਈ ਐਸਾ ਕੀ ਆ ਪੋਲਿਟਿਕਸ ਦੇ ਵਿੱਚ ਹੂੰ ਉਹ ਜਿਹੜੀਆਂ ਦੱਸਣ ਤੋਂ ਉਸ ਮਰਥਨੇ ਤੇ ਸਭ ਕਰਦੇ ਨੇ ਇਸ ਕਰਕੇ ਸਭ ਚੋਰ ਨੇ ਤਾਂ ਚੁੱਪ ਨੇ ਨਹੀਂ ਜ਼ੁਲਮ ਹੁੰਦਾ ਦਿਖਦਾ ਸਭ ਨੂੰ ਹੈ ਅੱਜ ਇਹਨਾਂ ਦੀ ਵਾਰੀ ਹੈ ਕਿਸਾਨਾਂ ਦੀ ਕੱਲ ਨੂੰ ਉਹਨਾਂ ਦੀ ਵੀ ਜਾਣੀ ਹੈ ਜਿਹੜੇ ਚੁੱਪ ਬੈਠੇ ਨੇ ਉਹਨਾਂ ਤੇ ਵੀ ਜ਼ੁਲਮ ਹੋ ਸਕਦਾ ਹੈ ਬਿਲਕੁਲ ਇਹਨਾ ਸੋਚਣ ਕਿ ਅਸੀਂ ਬੈਠੇ ਹਾਂ ਸੇਫ ਹਾਂ ਜੀ ਪਰਮਿੰਦਰ ਜੀ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕਰ ਰਹੇ ਹੋ ਕਾਂਗਰਸ ਦੇ ਇੱਕ ਸਾਬਕਾ ਮੰਤਰੀ ਨੇ ਤੇ ਵੱਡੇ ਲੀਡਰ ਨੇ ਕਾਂਗਰਸ ਦੇ ਭਰਤ ਸਿੰਘ ਉਹ ਕਹਿੰਦੇ ਕਿ ਮਹਾਤਮਾ ਗਾਂਧੀ ਦੀ ਫੋਟੋ ਨੋਟਾਂ ਤੋਂ ਉਤਾਰ ਦਿਓ ਕਿਉਂਕਿ ਇਹ ਭ੍ਰਿਸ਼ਟਾਚਾਰ ਦੀ ਵਰਤ ਜਾਂਦੇ ਨੇ ਐਨ ਨਹੀਂ ਉਮਰ ਨੇ ਦੱਸਿਆ ਵੀ ਜਦੋਂ 2G ਸਕੈਮ ਹੋਇਆ ਸੀ ਰੋਬਰਟ ਵਾਡਰਾ ਦੇ ਸਕੈਮ ਤੇ ਕਿੰਨੇ ਦੋਸ਼ ਲੱਗੇ ਸੀ ਪਰ ਉਸ ਤੋਂ ਬਾਅਦ ਰਾਜਸਥਾਨ ਦੇ ਵਿੱਚ ਰੋਬਰਟ ਵਾਡਰਨ ਲੈ ਕੇ ਕੀ ਹੋਇਆ ਸੀ ਹੋਰ ਕਾਂਗਰਸ ਦੇ ਕਿੰਨੇ ਹੀ ਆਪਣੇ ਸਕੈਮ ਨੇ ਤਾਂ ਜਦੋਂ ਥੋੜੇ ਕਾਂਗਰਸ ਵੇਲੇ ਭ੍ਰਿਸ਼ਟਾਚਾਰ ਹੋਇਆ ਥੋੜੇ ਸਰਕਾਰ ਦੇ ਸਮੇਂ ਵੇਲੇ ਪੈਸਿਆਂ ਦਾ ਲੈਣ ਦੇਣ ਹੋਇਆ ਕਿ ਉਦੋਂ ਨਹੀਂ ਗਾਂਧੀ ਮਹਾਤਮਾ ਗਾਂਧੀ ਦੀ ਫੋਟੋ ਹੁੰਦੀ ਸੀ ਨੋਟਾਂ 'ਤੇ ਨਹੀਂ ਬਿਲਕੁਲ ਹਟਾ ਦੇਣੀ ਚਾਹੀਦੀ ਆ ਅਸੀਂ ਸਹਿਮਤ ਆ ਜੇ ਗੱਲ ਕਰਦੇ ਨੇ ਉਹ ਹਟਾ ਦੇਣੀ ਚਾਹੀਦੀ ਆ ਉਹ ਮੰਨਦੇ ਆ ਵੀ ਮਹਾਤਮਾ ਗਾਂਧੀ ਬੜਾ ਵਧੀਆ ਬੰਦਾ ਸੀ ਭ੍ਰਿਸ਼ਟਾਚਾਰ ਦੇ ਅਗੇਂਸਟ ਸੀ ਤਾਂ ਠੀਕ ਆ ਉਹਦੀ ਗੱਲ ਠੀਕ ਹੋਣੀ ਉਹ ਪਰ ਇਹ ਵੀ ਮੰਗ ਕਰਨ ਵੀ ਜਿਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਨੇ ਉਹ ਵੀ ਪੋਲਿਟਿਸ਼ੀਅਨਾਂ ਨੂੰ ਹਟਾ ਦਿਓ ਉਹਨਾਂ ਨੂੰ ਮੰਤਰੀਆਂ ਨੂੰ ਹਟਾ ਦਿਓ ਜਿਨ੍ਹਾਂ ਦੇ ਉੱਪਰ ਪਰਚੇ ਨੇ ਅਪਰਾਧਿਕ ਮਾਮਲੇ ਨੇ ਉਹਨਾਂ ਨੂੰ ਕਿਉਂ ਲੈ ਕੇ ਆਨੇ ਆ ਉਹ ਨਹੀਂ ਲੋਕਤੰਤਰ ਨੂੰ ਗੰਧਲਾ ਕਰਦੇ ਉਹ ਨਹੀਂ ਡੈਮੋਕ੍ਰੇਸੀ ਦੇ ਹੀ ਖਤਰਾ ਇਹ ਇਹ ਗੱਲਾਂ ਨਹੀਂ ਕਰਦੇ ਉਹ ਗੱਲ ਫੇਰ ਉੱਥੇ ਆ ਜਾਂਦੀ ਹੈ ਕਿ ਅਸੀਂ ਆਪ ਲਿਪ ਤਾਂ ਉਹ ਗੱਲ ਤਾਂ ਆਪ ਕਰਨੀ ਨਹੀਂ ਨੋਟਾਂ ਤੋਂ ਹਟਾ ਦਿਓ ਜੀ ਨੋਟਾਂ ਤੋਂ ਕਿਉਂ ਹਟਾ ਦਿਓ ਕੱਲਿਆਂ ਤੋਂ ਤੁਸੀਂ ਦੱਸੋ ਤੁਸੀਂ ਗੱਲ ਕਰੋ ਕਿ ਜਿੱਥੇ-ਜਿੱਥੇ ਭ੍ਰਿਸ਼ਟਾਚਾਰ ਆ ਚਾਹੇ ਕੋਈ ਅਧਿਕਾਰੀ ਹੈ ਚਾਹੇ ਅਫਸਰ ਹੈ ਚਾਹੇ ਪੋਲਿਟਿਸ਼ੀਅਨ ਹੈ ਚਾਹੇ ਐਮਐਲਏ ਮੰਤਰੀ ਐਮਪੀ ਜਰਾਸਵਾਦ ਹੈ ਜਾਂ ਕੋਈ ਆ ਪ੍ਰਧਾਨ ਮੰਤਰੀ ਹੈ ਚਾਹੇ ਜੇ ਕੋਈ ਦੋਸ਼ ਲੱਗੇ ਨੇ ਨੂੰ ਹਟਾਓ ਇਹ ਲੋਕਤੰਤਰ ਨੂੰ ਕੰਧਲਾ ਕਰ ਰਹੇ ਨੇ ਨੋਟ ਤਾਂ ਨਹੀਂ ਕਰ ਰਹੇ ਨੋਟ ਕਿਤੇ ਆਪ ਤੁਰ ਕੇ ਜਾ ਕੇ ਭ੍ਰਿਸ਼ਟਾਚਾਰ ਕਰਦੇ ਆ ਬੰਦੀ ਕਰ ਰਹੇ ਨੇ ਬਿਲਕੁਲ ਭ੍ਰਿਸ਼ਟਾਚਾਰ ਤਾਂ ਤੁਸੀਂ ਸਭ ਤੋਂ ਵੱਡੀ ਝਾੜ ਤਾਂ ਤੁਸੀਂ ਹੋ ਤੁਹਾਡੀ ਸ਼ੈਤੋ ਬਿਨਾ ਭ੍ਰਿਸ਼ਟਾਚਾਰ ਕਿਵੇਂ ਕਰ ਲੂ ਕੋਈ ਅਫੀਸਰ ਕਰ ਲੂਗਾ ਕਿਵੇਂ ਕਰ ਲੂਗਾ ਪਾਵਰ ਤੁਹਾਡੇ ਹੱਥ ਚ ਹੁੰਦੀ ਹੈ ਅਨਪੜ੍ਹ ਬੰਦਿਆਂ ਨੂੰ ਤੁਸੀਂ ਕੁਰਸੀਆਂ ਬਖਸ਼ੀਆਂ ਹੋਈਆਂ ਨੇ ਉਹਨਾਂ ਨੇ ਕੀ ਬੋਲਣਾ ਉਹਦਾ ਐਸ਼ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਕੋਲ ਇੰਨੀ ਕਾਬਲੀਅਤ ਤਾਂ ਹੈ ਹੀ ਨਹੀਂ ਕਿ ਅਸੀਂ ਆਰਾਮ ਨਾਲ ਬੈਠ ਗਿਆ ਲੱਤਾਂ ਘਟਾਸ ਕੀਏ ਜਾਂ ਗੱਡੀਆਂ 'ਚ ਫਿਰ ਜੇ ਬੋਡੀਗਾਰਡ ਅੱਗੇ ਪਿੱਛੇ ਹੋਣ ਸਾਡੇ ਕੋਲ ਨੌਕਰ ਚੱਕਰ ਉਹਨਾਂ ਨੂੰ ਪਤਾ ਹੈ ਸਾਡੀ ਕਾਬਲੀਅਤ ਕੋਈ ਨਹੀਂ ਕੁਆਲਿਫਿਕੇਸ਼ਨ ਕੋਈ ਨਹੀਂ ਤੇ ਉਹ ਥੋੜੀ ਬੋਲਣਗੇ ਉਹ ਤਾਂ ਕਹਿੰਦੇ ਜੀ ਹਾਂ ਜੀ ਜਿੰਮੇ ਮਰਜ਼ੀ ਕਰੋ ਤੁਸੀਂ ਲਿਓ ਲਿਓ ਦੱਸੋ ਕਿੱਥੇ ਸਾਈਨ ਕਰਨਾ ਹੈ ਕਿੱਥੇ ਗੁੱਠਾ ਲਾਣਾ ਹੈ ਗੁੱਠਾ ਲਾ ਬਿਲਕੁਲ ਬਿਲਕੁਲ ਉਹਨਾਂ ਨੂੰ ਪਤਾ ਹੈ ਸਾਡੇ ਕੋਲ ਕਿੰਨੀ ਕਾਬਲੀਅਤ ਕਿੱਥੇ ਹੈ ਕਿ ਅਸੀਂ ਜਾ ਕੇ ਐਸ਼ ਕਰੀਏ ਐਸੇ ਦਾ ਇੱਥੇ ਹੀ ਆ ਹਾਂ ਜੀ ਹਾਂ ਮਲਾਓ ਇਹਨਾਂ ਦਾ ਸਾਥ ਦੋ ਬਿਲਕੁਲ ਪਰਮਿੰਦਰ ਜੀ ਗਿਆਨੀ ਹਰਪ੍ਰੀਤ ਜਥੇਦਾਰ ਜੀ ਉਹ ਕਹਿੰਦੇ ਜਦੋਂ ਆਪਣਾ ਸਿਰਸਾ ਸਾਹਿਬ ਦਾ ਟੈਸਟ ਹੋਇਆ ਸੀ ਕੁਆਲੀਫਾਈ ਨਹੀਂ ਕਰ ਪਾਏ ਸੀ ਉਹ ਟੈਸਟ ਨੂੰ ਉਸ ਤੋਂ ਬਾਅਦ ਜੋ ਪ੍ਰਕਿਰਿਆ ਸੀ ਉਹਨਾਂ ਦੀ ਉਹ ਨਾਮਿਨੇਟ ਨਹੀਂ ਹੋ ਸਕੇ ਸੀ ਉਹ ਕਹਿੰਦੇ ਫਿਰ ਇਕੱਲੇ ਬੰਦੇ ਦਾ ਟੈਸਟ ਕਿਉਂ ਜੋ ਸਾਰੇ ਕਮੇਟੀ ਦੇ ਮੈਂਬਰ ਨੇ ਸਾ ਟੈਸਟ ਦਾ ਸਾਰਿਆਂ ਦੇ ਲਈ ਜਾਣ ਤੇ ਵੀਡੀਓਗ੍ਰਾਫੀ ਸਾਰਿਆਂ ਦੀ ਹੋਵੇ ਇੱਕ ਬੰਦੇ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਇਹ ਇਹ ਬੜਾ ਖਤਰਨਾਕ ਬਿਆਨ ਕਹਿ ਸਕਦਾ ਆਪਾਂ ਸਾਡੇ ਕਾਰਜਕਾਰੀ ਜਿਹੜੇ ਮੁਖੀ ਲਾਏ ਹੋਏ ਨੇ ਅਕਾਲ ਤਖਸਾਲ ਦੇ ਜਥੇਦਾਰ ਬਣਾਇਆ ਜਿਨ੍ਹਾਂ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਬੜਾ ਖਤਰਨਾਕ ਬਿਆਨ ਆਏ ਹੁਣ ਐ ਗੈਲੋ ਕਿ ਕਿਸੇ ਤਾਂ ਕਿਸੇ ਤਰੀਕੇ ਇਸ ਸਿਰਸੇ ਦੇ ਪਚਾ ਦੇ ਆਏ ਤੁਸੀਂ ਸਿਰਸੇ ਦੀ ਗੱਲ ਤਾਂ ਕਰਦੇ ਹੋ ਆਪਣੇ ਐਸਜੀਪੀਸੀ ਪੰਜਾਬ ਦੇ ਵਿੱਚ ਹੀ ਕਰਵਾ ਲਓ ਸਾਰਿਆਂ ਨੇ ਕਰਵਾ ਲਓ ਹਾਂ ਸਾਰਿਆਂ ਨੇ ਆਪ ਵੀ ਬੈਠੋ ਬਿਲਕੁਲ ਤੁਸੀਂ ਆਪ ਹੀ ਬਹਿ ਜਾਓ ਨਾ ਆਪ ਵੀ ਬੈਠੋ ਐਸਜੀਪੀਸੀ ਦੇ ਪ੍ਰਧਾਨ ਨੂੰ ਵੀ ਬਿਠਾਓ ਕਾਲੀ ਦਲ ਦੇ ਪ੍ਰਧਾਨ ਨੂੰ ਵੀ ਬਿਠਾਓ ਸਾਰਿਆਂ ਦੇ ਪੰਜਾਬੀ ਚ ਟੈਸਟ ਲਓ ਜਿਨ੍ਹਾਂ ਕੋਲ ਪੋਲੀਟੀਕਲ ਪਦਵੀਆਂ ਨੇ ਰਾਜਨੀਤਿਕ ਅਹੁਦੇ ਹੈਗੇ ਨੇ ਚਾਹੇ ਉਹ ਬੀਬਾ ਹਰਸਿਮਰਤ ਕੌਰ ਆ ਚਾਹੇ ਤੋਤਾ ਸਿੰਘ ਵਰਗੇ ਜਿਹੜੇ ਹੱਡਾ ਆ ਚੁੱਕੇ ਆ ਜਾਂ ਜੋ ਵੀ ਪੁੰਦਰ ਚੰਦੂ ਮਗਰਾ ਜੋ ਵੀ ਹੈਗੇ ਨੇ ਤੁਹਾਡੇ ਸਾਰਿਆਂ ਨੂੰ ਬਿਠਾ ਲਓ ਵਿੱਚ ਬਿਠਾ ਲਓ ਸਾਰੇ ਦਾ ਪੰਜਾਬੀ ਦਾ ਟੈਸਟ ਲੈ ਲਓ ਮਟਹਾਉ ਜੁਨੀਅਰਸਟੀ ਪੰਜਾਬੀ ਯੂਨੀਵਰਸਿਟੀ ਹੈਗੀ ਇੱਥੇ ਬਥੇਰੇ ਮਾਰਨੇ ਰਟਾਇਰ ਹੋ ਕੇ ਜਿਹੜੇ ਜਾਂ ਹੁਣ ਵੀ ਬਥੇਰੇ ਮਾਰਨੇ ਪੰਜਾਬੀ ਤੇ ਕੰਮ ਕਰਨ ਵਾਲੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਜਨਤਕ ਤੌਰ ਤੇ ਲੈ ਲਓ ਵੀਡੀਓਗ੍ਰਾਫੀ ਕਰ ਲਓ ਜਨਤਕ ਤੌਰ ਤੇ ਲੈ ਲਓ ਜਨ ਤੁਸੀਂ ਆਪ ਵੀ ਬੈਠੋ ਵਿੱਚ ਵੀ ਅਸੀਂ ਵੀ ਟੈਸਟ ਦੇ ਰਹੇ ਹਾਂ ਸਾਰੇ ਰਾਗੀ ਢਾਡੀ ਕਥਾਵਾਚਕ ਪਾਠੀ ਸਿੰਘ ਜਿੰਨੇ ਵੀ ਹੈਗੇ ਨੇ ਸੰਭ ਦਾ ਬਣਾਓ ਸਾਰੇ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਬੁਲਾ ਲਓ ਦੇਖੋ ਕਿੰਨੇ ਕ ਆਉਂਦੇ ਨੇ ਤੁਹਾਡੇ ਸਾਹਮਣੇ ਕਿੰਨੇ ਕਿਹਨੂੰ ਗੁਰਬਾਣੀ ਯਾਦ ਆ ਕਿੰਨੇ ਕ ਨੂੰ ਕਰਵਾਣੀ ਕੰਠਾ ਜਾਂ ਕਿੰਨੇ ਕ ਕਰਵਾਣੀ ਸੁੱਧ ਪੜ ਲੈਂਦੇ ਨੇ ਪਤਾ ਲੱਗ ਜੂਗਾ ਸਭ ਇਹ ਕਹਿਣ ਦਾ ਭਾਵ ਹੈ ਕਿ ਬਚਾਅ ਚ ਆਏ ਆ ਕਿਸੇ ਤਰੀਕੇ ਸਰਸੇ ਨੂੰ ਨੇੜੇ ਲਾਉਣਾ ਸਰਸੇ ਨੂੰ ਕੁਝ ਹੋਰ ਬਦਵੀ ਦੇਣੀ ਹੈ ਜਾਂ ਉਹਨੂੰ ਪ੍ਰਧਾਨ ਹੈ ਉਹਨੂੰ ਬਣਾਉਣਾ ਹੋਊਗਾ ਹੋ ਸਕਦਾ ਇਹੋ ਸ਼ਰਨ ਚ ਆ ਗਿਆ ਹੋ ਪਹਿਲਾਂ ਅੱਖਾਂ ਦਿਖਾਉਂਦਾ ਹੋਊ ਦਿਖਾਉਂਦਾ ਕੋ ਬਿਲਕੁਲ ਉਹ ਉਹ ਹੁਣ ਜ਼ਮੀਨ ਤਿਆਰ ਕਰੀ ਗਈ ਹੈ ਜਿਹੜੀ ਉਹਦੇ ਲਈ ਹੈ ਸਾਰਾ ਕੁਝ ਪਰ ਇਹ ਇਹ ਬਿਆਨ ਇਦਾਂ ਦੇਣਾ ਨਹੀਂ ਸੀ ਚਾਹੀਦਾ ਚਾਹੀਦਾ ਤੇ ਇਹ ਕਿ ਬੜੀ ਮਾੜੀ ਗੱਲ ਹੋਈ ਹੈ ਜੇ ਇੱਕ ਪ੍ਰਧਾਨ ਨੂੰ ਇਦਾਂ ਨਹੀਂ ਸੀ ਆ ਰਹੀ ਪੰਜਾਬੀ ਨਹੀਂ ਆ ਰਹੀ ਸੀ ਇਦਾਂ ਲਿਖਣੀ ਜੇ ਜੇ ਪੜ੍ਹਨੀ ਗੁਰਬਾਣੀ ਨਹੀਂ ਆਈ ਸੀ ਤਾਂ ਬਹੁਤ ਮਾੜੀ ਗੱਲ ਹੈ ਮੰਦ ਭੱਗ ਆਇਆ ਇਹ ਤੇ ਬਾਕੀਆਂ ਦਾ ਟੈਸਟ ਜਿਹੜਾ ਹੈਗਾ ਤੁਸੀਂ ਆਪ ਅਰੇਂਜ ਕਰ ਦੋ ਕਿ ਪੰਜਾਬ ਦੇ ਵਿੱਚ ਵੀ ਦੇਖੀਏ ਇਸ ਤਰ੍ਹਾਂ ਦਾ ਹੈ ਕਿ ਨਹੀਂ ਹੈ ਬਿਲਕੁਲ ਪਰਮਿੰਦਰ ਜੀ ਕਸ਼ਮੀਰ ਦੇ ਵਿੱਚ ਬਿੱਤੇ ਕੱਲ ਪ੍ਰਿੰਸੀਪਲ ਦਾ ਤੇ ਅਧਿਆਪਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਉਸੇ ਦੀ ਤਰਜ਼ ਤੇ ਰਾਹੁਲ ਗਾਂਧੀ ਹੋਰਾਂ ਦਾ ਬਿਆਨ ਹੁੰਦਾ ਕਿ ਨੋਟਬੰਦੀ ਦੇ ਨਾਲ ਕਸ਼ਮੀਰ ਦੇ ਵਿੱਚੋਂ ਅੱਤਵਾਦ ਨਹੀਂ ਖਤਮ ਹੋਇਆ ਧਾਰਾ 370 ਹਟਾਉਣ ਦੇ ਨਾਲ ਕਸ਼ਮੀਰ ਦੇ ਵਿੱਚੋਂ ਅੱਤਵਾਦ ਖਤਮ ਨਹੀਂ ਹੋਇਆ ਦੇਖੋ ਪਹਿਲੇ ਤੋਂ ਇੱਕ ਉੱਥੋਂ ਦੀ ਜਿਹੜੀ ਘਟਨਾ ਆਇਆ ਨਾ ਬੜੀ ਐਂ ਕਹ ਲਓ ਕਿ 75 ਜੀ ਲੱਗਦੀ ਹੈ ਸਕੂਲ ਦੇ ਵਿੱਚ ਐਂਟਰੀ ਹੋਈ ਆ ਉੱਥੇ ਬੱਚੇ ਨਹੀਂ ਸੀ ਪੜ੍ਹ ਰਹੇ ਚਲੋ ਆਨਲਾਈਨ ਕਲਾਸਾਂ ਵਗੈਰਾ ਲਾਉਣ ਵਾਸਤੇ ਅਧਿਆਪਕ ਆਏ ਹੋਏ ਸੀਗੇ ਉਹਦੇ ਵਿੱਚ ਐਂਟਰੀ ਹੋਈ ਹੈ ਤਾਂ ਅੱਤਵਾਦੀਆਂ ਨੇ ਕਿਹਾ ਜਾ ਰਿਹਾ ਜੋ ਖਬਰਾਂ ਚੱਲ ਰਹੀਆਂ ਨੇ ਕਿ ਅੱਤਵਾਦੀਆਂ ਨੇ ਉਹਨਾਂ ਦੋ ਬੰਦਿਆਂ ਨੂੰ ਪਛਾਣਿਆ ਉਹਨਾਂ ਨੂੰ ਪਛਾਣ ਕੇ ਸਾਈਡ ਤੇ ਕੀਤਾ ਬਹੁਤ ਨੇੜਿਓਂ ਗੁਣੀਆਂ ਮਾਰੀਆਂ ਇੱਕ ਸਿੱਖ ਭਾਈਚਾਰੇ ਨਾਲ ਸੰਬੰਧਿਤ ਜਿਹੜੀ ਪ੍ਰਿੰਸੀਪਲ ਸੀ ਸਕੂਲ ਦੀ ਸੁਪਿੰਦਰ ਕੌਰ ਤੇ ਦੂਜਾ ਇੱਕ ਲੈਕਚਰਾਰ ਸੀ ਜਿਹੜਾ ਪੰਡਤ ਸੀ ਕਿਹਾ ਜਾ ਰਿਹਾ ਕਿ ਲੰਬੇ ਸਮੇਂ ਤੋਂ ਉੱਥੇ ਜਿਹੜਾ ਪੜਾਈ ਕਰਵਾ ਰਿਹਾ ਸੀਗਾ ਤੇ ਉਹ ਉਹਨਾਂ ਦੋ ਬੰਦਿਆਂ ਨੂੰ ਹੀ ਕਿਉਂ ਮਾਰਿਆ ਗਿਆ ਦੋ ਕਮਿਊਨਿਟੀਾਂ ਦੇ ਅਲੱਗ-ਅਲੱਗ ਕਮਿਊਨਿਟੀ ਦੇ ਬੰਦਿਆਂ ਨੂੰ ਕੱਟਿਆ ਗਿਆ ਉਹਨਾਂ ਨੂੰ ਮਾਰਿਆ ਗਿਆ ਉਹ ਕਿਉਂ ਮਾਰਿਆ ਗਿਆ ਇਹ ਅਟੈਕ ਹੈ ਕੀ ਹੈ ਇਹ 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 ਸਮਝ ਤੋਂ ਬਾਹਰ ਹੈ ਤੇ ਕਾਰਨ ਹੈ ਕਿ 2024 ਨੇੜੇ ਆਉਂਦੀ ਜਾ ਰਹੀ ਹੈ ਹੁਣ ਇਹ ਤੋਂ ਜੇ ਕੰਮ ਸ਼ੁਰੂ ਹੋਊਗਾ ਤਾਂ ਹੀ ਅੱਗੇ ਜਾ ਕੇ ਹੋਊਗਾ ਨਾ ਉਹ ਦੋਨਾਂ ਕਮਿਊਨਿਟੀਾਂ ਦੇ ਵਿੱਚ ਡਰ ਪੈਦਾ ਕਰਨ ਦੀ ਇੱਕ ਸਾਜ਼ਿਸ਼ ਵੀ ਹੋ ਸਕਦੀ ਹੈ ਕਿ ਦੇਖ ਲਓ ਤੁਹਾਡੇ ਤੇ ਫੇਰ ਆ ਆ ਗਿਆ ਸੀ ਢਿੱਲ ਵਰਤੀ ਸੀਗੀ ਤੁਹਾਡੇ ਤੇ ਫੇਰ ਖਤਰਾ ਮੰਡਰ ਆ ਗਿਆ ਮੋਟਾ ਲੈਣੀਆਂ ਹੁੰਦੀਆਂ ਨੇ ਬਹੁਤ ਕੁਝ ਹੁੰਦਾ ਹੈ ਇਹ ਰਾਜਸੀ ਚੀਜ਼ਾਂ ਨੂੰ ਸਮਝਣ ਦੇ ਵਾਸਤੇ ਪੜ੍ਹਾਈ ਦੀ ਬਹੁਤ ਲੋੜ ਹੁੰਦੀ ਹੈ ਪੜ੍ਹਿਆ ਲਿਖਿਆ ਬੰਦਾ ਦਿਮਾਗ ਖੋਲ ਕੇ ਸੋਚ ਸਕਦਾ ਹੈ ਤਰਕ ਕਰ ਸਕਦਾ ਹੈ ਹੋਰ ਅੱਗੇ ਸੋਚ ਸਕਦਾ ਹੈ ਅੱਗੇ ਬੋਲ ਸਕਦਾ ਹੈ ਲੋਕਾਂ ਨੂੰ ਸਿੱਖਿਆ ਦੇ ਸਕਦਾ ਹੈ ਲੋਕ ਸਿੱਖਿਅਕ ਹੋ ਸਕਦੇ ਨੇ ਪਰ ਜੇ ਐਦਾਂ ਅੰਨੇ ਭਗਤ ਬਣ ਕੇ ਹਰ ਇੱਕ ਚੀਜ਼ ਨੂੰ ਜੋ ਹੋ ਗਈ ਉਹਨੂੰ ਬਾਣਾ ਮੰਨ ਕੇ ਸਮਝ ਕੇ ਬੈਠ ਜਾਣਾ ਇਹ ਗੱਲ ਤਾਂ ਗੱਲ ਹੈ ਇਹ ਫਿਰ ਤੁਹਾਨੂੰ ਜਿਹੜਾ ਨਰਕ ਤੁਸੀਂ ਉੱਪਰ ਦੀ ਗੱਲ ਕਰਦੇ ਕੋਈ ਵੀ ਨਰਕ ਕਿਤੇ ਹੁੰਦਾ ਹੋ ਉਹ ਇੱਥੇ ਹੀ ਭੋਗ ਲੈਂਦੇ ਫਿਰ ਉਹ ਇੱਥੇ ਹੋ ਜਾਂਦਾ ਤੇ ਹੁਣ ਜਿਹੜਾ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ ਉਹ ਗੱਲ ਤਾਂ ਉਹਦੀ ਜਾਇਜ਼ ਲੱਗਦੀ ਹੈ ਕਿ ਜਿਹੜੀਆਂ ਤੁਸੀਂ ਕੋਸ਼ਿਸ਼ਾਂ ਕੀਤੀਆਂ ਨੇ ਨਾਲ ਵੀ ਨਹੀਂ ਸੀ ਜਿਹੜੇ ਹਾਂ ਉਹਨਾਂ ਨਾਲ ਵੀ ਨਹੀਂ ਹੋ ਰਿਹਾ ਹੈ ਤਾਂ ਖਤਮ ਜਿੱਦਾਂ ਕਿਤੇ ਵੀ ਅੰਦਰ ਜਾ ਕੇ ਕੋਈ ਕਿਸੇ ਨੂੰ ਵੀ ਮਾਰ ਸਕਦਾ ਹੈ ਫਿਰ ਪਹਿਲਾਂ ਵੀ ਤਾਂ ਇਹ ਹਾਲਾਤ ਸੀ ਕਿ ਫਿਰ ਹਾਲਾਤ ਸੁਧਰੇ ਕਿਉਂ ਗੱਲ ਫਿਰ ਉੱਥੇ ਆ ਗਈ ਕਿ ਹਾਲਾਤ ਵਿਗੜਦੇ ਆ ਬਿਗਾੜੇ ਜਾਂਦੇ ਆਂ ਤੇ ਫਿਰ ਉਹਨਾਂ ਨੂੰ ਕਾਬੂ ਕਰਕੇ ਦੱਸਿਆ ਜਾਂਦਾ ਕਿ ਅਸੀਂ ਰਖਕ ਆਂ ਹੂੰ ਅਸੀਂ ਹੀ ਤੁਹਾਡੀ ਰੱਖਿਆ ਕਰ ਸਕਦੇ ਆਂ ਸਾਨੂੰ ਸੱਤਾ ਦਵੋਗੇ ਤਾਂ ਬਚੇ ਰਹੋਗੇ ਨਹੀਂ ਤਾਂ ਫਿਰ ਆਏ ਮਾਰੇ ਜਾਉਂਗੇ ਉਹ ਉਹ ਡਰਾ ਜਿਹੜਾ ਉਹ ਪੈਦਾ ਕਰਨ ਦੀ ਕੋਸ਼ਿਸ਼ ਲੱਗਦੀ ਹੈ ਇਦਾਂ ਦਾ ਇੱਕ ਹਮਲਾ ਜਿਹਾ ਹੈਗਾ ਬੜਾ ਵੱਡਾ ਮਨੁੱਖਤਾ ਦਾ ਘਾਣ ਕਹਿ ਲਉ ਆਪਾਂ ਕਹਿ ਸਕਦੇ ਆਂ ਸੰਵਿਧਾਨ ਦਾ ਦੇਸ਼ ਦਾ ਵਿਕਾਸ ਦਾ ਲੋਕਾਂ ਦਾ ਜਿਹੜੇ ਲੋਕ ਲੋਕਤੰਤਰ ਦਾ ਮੁੱਢ ਨੇ ਉਹਨਾਂ ਦਾ ਸਾਰੇ ਕਿਸੇ ਦਾ ਇਹ ਆਰਥਿਕਤਾ ਦਾ ਕਹ ਲਓ ਸਮਾਜਿਕ ਕਹ ਲਓ ਤੇਰੀ ਤੌਰ ਤਰੀਕਾ ਕਹਿੰਦਾ ਸਾਹਿਬ ਸਾਰੇ ਹਰ ਇੱਕ ਚੀਜ਼ ਦਾ ਹੈ ਕਹ ਲਓ ਕਾਣ ਕੀਤਾ ਗਿਆ ਹੈ ਜੀ ਬਿਲਕੁਲ ਕਾਣ ਕੀਤਾ ਗਿਆ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਜੀ ਸਾਡੇ ਨਾਲ ਜੋੜਨ ਦੇ ਲਈ ਤੇ ਦਰਸ਼ਕਾਂ ਨਾਲ ਬੜੀ ਅਹਿਮ ਜਾਣਕਾਰੀ ਤੁਸੀਂ ਸਾਂਝੀ ਕੀਤੀ ਤੁਹਾਡਾ ਧੰਨਵਾਦ ਧੰਨਵਾਦ ਜੀ ਸ਼ੁਕਰੀਆ ਦਰਸ਼ਕੋ ਸਾਡੇ ਨਾਲ ਬਣੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਤੁਸੀਂ ਦੇਖਿਆ ਕਿ ਜੋ ਘਟਨਾਵਾਂ ਘਟ ਰਹੀਆਂ ਨੇ ਸਿਆਸਤ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਵਿੱਚ 2022 ਨੇੜੇ ਹੈ ਸੈਂਟਰ ਦੇ ਨੇੜੇ 2024 ਇਹ ਜਿਸ ਨੂੰ ਲੈ ਕੇ ਇਹ ਪੂਰਾ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣਾ ਚੈਨਲ ਪੰਜਾਬੀ ਤੇ